ਉਸ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਕੋਟਨ ਕੋਟ ਵਾਰ ਨਮਸਕਾਰ ਹੈ ਜਿਨ੍ਹਾਂ ਨੇ ਸਾਨੂੰ ਆਪਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਸਭ ਸੰਗਤ ਨੂੰ ਅੱਜ ਪਵਿੱਤਰ ਦਿਹਾੜੇ ਦੀ ਢੇਰ ਸਾਰੀ ਵਧਾਈ ਹੈ, ਸ਼ੁਭਕਾਮਨਾ ਹੈ। ਸਭ ਸੰਤਾਂ ਦਾ ਇੱਕੋ ਹੀ ਹੋਕਾ ਹੈ ਕਿ ਉਹ ਮਾਲਕ ਦੇ ਪਿਆਰੇ ਨਾ ਜੰਮਣ ਚਾਹੁੰਦੇ ਹੈ ਨਾ ਮਰਨ ਚਾਹੁੰਦੇ ਹੈ, ਉਹ ਪਰੋਪਕਾਰ ਵਾਸਤੇ ਸੰਸਾਰ ਵਿੱਚ ਆਉਂਦੇ ਹੈ ਤੇ ਅੱਜ ਦਾ ਨਹੀਂ ਸਦਾ ਤੋਂ ਹੀ ਆਉਂਦੇ ਹੈ। ਕਬੀਰ ਬਣ ਕੇ ਆਇਆ, ਨਾਨਕ ਬਣ ਕੇ ਦਸ ਜਾਮੇ ਤਾਰੇ, ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਤੋਂ ਲੈ ਕੇ ਸਾਡੇ ਗੁਰੂਆਂ ਤੱਕ ਸੰਸਾਰ ਵਿੱਚ ਉਹ ਪਰਮਾਤਮਾ ਦੇ ਹੁਕਮ ਵਿੱਚ ਆਏ, ਪਰਮਾਤਮਾ ਦੇ ਨਾਮ ਦਾ ਉਹਨਾਂ ਨੇ ਹੋਕਾ ਦਿੱਤਾ। ਸਾਨੂੰ ਭੁੱਲੇ ਭਟਕਿਆਂ ਜੀਵਾਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ। ਸੰਤ ਮਹਾਤਮਾ ਸਾਨੂੰ ਇਹ ਵੀ ਦੱਸਦੇ ਹੈ ਕਿ ਅਸਲ ਜਨਮ ਦਿਨ ਉਹ ਹੁੰਦਾ ਹੈ ਜਿਸ ਦਿਨ ਸਾਡੀ ਆਤਮਾ ਫੈਲੇ ਹੋਏ ਖਿਆਲ ਨੂੰ ਨੌ ਦੁਆਰਿਆਂ ਚੋਂ ਨਿਕਲ ਕੇ ਮਨ ਇੰਦਰੀਆਂ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਂਦੀ ਹੈ। ਅਸਲ ਜਨਮ ਦਿਨ ਉਹੀ ਹੈ ਜਦ ਗੁਰੂ ਨਾਨਕ ਨੂੰ ਸਿੱਧਾ ਨੇ ਪੁੱਛਿਆ ਕਿ ਤੁਹਾਡਾ ਜੰਮਣ ਮਰਨ ਕਿਸ ਤਰ੍ਹਾਂ ਮੁੱਕਿਆ, ਤਾਂ ਉਹਨਾਂ ਨੇ ਇਹੀ ਕਿਹਾ, ਸਤਿਗੁਰ ਕੈ ਜਨਮੇ ਤੇ ਗਵਨ ਮਟਾਇਆ। ਕਦ ਬਈ ਆਵਾਗੌਣ ਦਾ ਚੱਕਰ ਮਿਟਿਆ, ਜਦ ਸਾਡਾ ਘਰ ਜਦ ਸਾਡਾ ਜਨਮ ਸਤਿਗੁਰੂ ਦੇ ਘਰ ਵਿੱਚ ਹੋਇਆ। ਅਸਲ ਜਨਮ ਦਿਨ ਉਹ ਹੁੰਦਾ ਹੈ। ਫਿਰ ਵੀ ਅਸੀਂ ਜੀਵ ਆਪਣਾ ਪਰਮਾਰਥ ਬਣਾਉਣ ਦੀ ਖਾਤਰ ਉਹਨਾਂ ਦੇ ਇਸ ਪਵਿੱਤਰ ਦਿਹਾੜੇ ਨੂੰ ਆਪਾਂ ਮਨਾਉਂਦੇ ਹਾਂ ਯਾਦਗਾਰੀ ਦੇ ਤੌਰ ਉੱਤੇ। ਲੇਕਿਨ ਉਹਨਾਂ ਨੂੰ ਸੱਚੀ ਸ਼ਰਧਾ ਜਲੀ ਇਹੀ ਹੁੰਦੀ ਹੈ ਕਿ ਜਿਹੜਾ ਉਹ ਕੰਮ ਸਾਡੇ ਜੁੰਮੇ ਲਾ ਗਏ ਹੈ ਭਜਨ ਸਿਮਰਨ, ਉਹ ਕਰਨਾ। ਨਾ ਤਾਂ ਉਹ ਸਮਾਜ ਬਣਾਉਣ ਵਾਸਤੇ ਆਉਂਦੇ ਹੈ, ਨਾ ਕੋਈ ਪਹਿਲੀ ਕਿਸੇ ਦੀ ਬਣੀ ਤੋੜਨ ਵਾਸਤੇ ਆਉਂਦੇ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਤਰਵਰ ਸਰਵਰ ਸੰਤ ਜਨ ਚੌਥੇ ਵਰਸੇ ਨੇ, ਪਰ ਸਵਾਰਥ ਕੇ ਕਾਰਨੇ ਚਾਰੇ ਤਾਰੇ ਦੇ। ਬੱਦਲ ਆਪਣਾ ਪਾਣੀ ਖੁਦ ਨਹੀਂ ਪੀਂਦੇ ਦੇ, ਨਦੀ ਦੁਨੀਆਂ ਦੇ ਭਲੇ ਵਾਸਤੇ ਵਗਦੀ ਹੈ ਉਹ ਆਪਣਾ ਪਾਣੀ ਖੁਦ ਨਹੀਂ ਪੀਂਦੀ ਗੀ, ਇਸੇ ਤਰ੍ਹਾਂ ਦਰਖਤ ਆਪਣਾ ਫਲ ਖੁਦ ਨਹੀਂ ਖਾਂਦਾ ਗਾ, ਔਰ ਉਹ ਸੰਸਾਰ ਦੇ ਫਾਇਦੇ ਵਾਸਤੇ ਆਪਦੇ ਵਿੱਚੋਂ ਮਿੱਠੇ ਫਲ ਪੈਦਾ ਕਰਦਾ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਮਾਲਕ ਦੇ ਪਿਆਰੇ ਸਾਡੀ ਆਤਮਾ ਦੀ ਸੱਚੇ ਦਿਲੋਂ ਉਹ ਮਾਲਕ ਦੇ ਹੁਕਮ ਵਿੱਚ ਆ ਕੇ ਸੇਵਾ ਕਰਦੇ ਹੈ। ਇਸੇ ਵਾਸਤੇ ਮਹਾਤਮਾ ਦੇ ਪਰਉਪਕਾਰ ਦੇ ਬਰਾਬਰ ਕਿਸੇ ਦਾ ਵੀ ਕੋਈ ਪਰਉਪਕਾਰ ਨਹੀਂ ਹੁੰਦਾ ਗਾ। ਸੋ ਸਾਨੂੰ ਬੜੀ ਖੁਸ਼ੀ ਹੈ ਕਿ ਕੁਛ ਵਕਤ ਮਾਲਕ ਦੇ ਜਿੰਨਾ ਚਿਰ ਹੁਕਮ ਰਿਹਾ ਉਹ ਪਰਮਾਤਮਾ ਦਾ ਭੇਜਿਆ ਹੋਇਆ, ਜਿਨ੍ਹਾਂ ਦਾ ਆਪਣੇ ਗੁਰੂ ਨਾਲ ਅਟੁੱਟ ਪਿਆਰ ਸੀ, ਅਟੁੱਟ ਰਿਸ਼ਤਾ ਸੀ, 25 ਸਾਲ ਬੇਸ਼ੱਕ ਉਹਨਾਂ ਨੇ ਸ਼ਬਦ ਨਾਮ ਦਾ ਹੋਕਾ ਦਿੱਤਾ, ਫਿਰ ਵੀ ਆਪਦੇ ਪਿਆਰੇ ਗੁਰੂ ਦਾ ਜਦ ਕਿਤੇ ਨਾਮ ਸਾਵਣ ਦਾ ਜਵਾਨ ਤੇ ਆਉਂਦਾ ਸੀ ਤੇ ਉਹਨਾਂ ਦੀਆਂ ਅੱਖਾਂ ਚੋਂ ਪਾਣੀ ਨਿਕਲਦਾ ਸੀ, ਟਪਕ ਪੈਂਦਾ ਸੀਗਾ। ਜਿਨ੍ਹਾਂ ਲੋਕਾਂ ਨੇ ਅੱਖਾਂ ਨਾਲ ਦੇਖਿਆ ਹੈ ਉਹ ਨਜ਼ਾਰਾ ਕਿ ਉਹਨਾਂ ਦੇ ਦਿਲ ਵਿੱਚ ਆਪਣੇ ਗੁਰੂ ਵਾਸਤੇ ਕਿੰਨਾ ਪਿਆਰ ਸੀ। ਸੋ ਪਿਆਰਿਓ, ਸੰਤ ਮਤ ਦੇ ਅੰਦਰ ਸੰਤਾਂ ਦਾ ਜੋ ਉਪਦੇਸ਼ ਹੈ ਉਹ ਇਹੀ ਹੈ ਕਿ ਤੁਸੀਂ ਅਭਿਆਸ ਦੁਆਰਾ ਆਪਣੀ ਆਤਮਾ ਨੂੰ ਅਸਥੂਲ ਸੂਖਸ਼ਮ ਕਾਰਨ ਇਹਨਾਂ ਮੰਡਲਾਂ ਤੋਂ ਉੱਪਰ ਲਿਜਾ ਕੇ ਜਿੱਥੋਂ ਕਿ ਰੂਹਾਨੀ ਦੇ ਸ਼ੁਰੂ ਹੁੰਦੇ ਹੈ ਤੁਸੀਂ ਖੁਦ ਸੱਚਾਈ ਨੂੰ ਜਾ ਕੇ ਪਰਖੋ। ਮਹਾਤਮਾ ਅੰਧ ਵਿਸ਼ਵਾਸ
ਦੇਣ ਵਾਸਤੇ ਨਹੀਂ ਆਉਂਦੇ ਗੇ, ਨਾ ਉਹ ਸਾਨੂੰ ਲੈ ਕੇ ਬਾਜ਼ਾਰਾਂ ਵਿੱਚ ਲੋਕਾਂ ਨੂੰ ਭੀੜ ਭੜੱਕੇ ਹੀ ਦਿਖਾਉਂਦੇ ਹੈ। ਇਸ ਵਾਸਤੇ ਉਹ ਤਾਂ ਸਾਥੋਂ ਸ਼ਬਦ ਨਾਮ ਦੀ ਕਮਾਈ ਕਰਾਉਂਦੇ ਹੈ, ਸ਼ਬਦ ਨਾਮ ਦੀ ਖੁਦ ਕਰਦੇ ਹੈ। ਸਾਡੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਨ ਕਿ ਪੜ੍ਹਿਆ ਪੜ੍ਹਾ ਸਕਦਾ ਹੈ, ਪਹਿਲਵਾਨ ਹੀ ਪਹਿਲਵਾਨੀ ਸੁਖਾ ਸਕਦਾ ਹੈ। ਜਿਸ ਨੇ ਖੁਦ ਜ਼ਿੰਦਗੀ 'ਚ ਅਭਿਆਸ ਕੀਤਾ ਹੈ ਉਹਨੂੰ ਪਤਾ ਹੈ ਕਿ ਬਗੈਰ ਅਭਿਆਸ ਕੀਤਿਆਂ ਕੁਛ ਪ੍ਰਾਪਤ ਹੋਣ ਵਾਲਾ ਨਹੀਂ। ਉਹ ਸਾਨੂੰ ਹਮੇਸ਼ਾ ਕਹਿੰਦਾ ਕਿ ਦੇਖੋ ਵੀ ਪਿਆਰਿਓ, ਤੁਸੀਂ ਅਭਿਆਸ ਕਰੋ। ਸੋ ਤੁਸੀਂ ਗੌਰ ਨਾਲ ਉਹਨਾਂ ਦੀ ਯਾਦ ਵਿੱਚ ਬੈਠੇ ਹੈ, ਸਤਸੰਗ ਨੂੰ ਸੁਣੋ। ਹਾਂ, ਸਭ ਪਰ ਦਇਆ ਕਰੋ, ਦਇਆ ਕਰੋ, ਦਇਆ ਕਰੋ ਗੁਰੂ ਪਾਲ, ਸਭ ਕੇ ਕਸ਼ਟ ਹਰੋ, ਕਸ਼ਟ ਹਰੋ, ਕਸ਼ਟ ਹਰੋ ਗੁਰੂ ਪਾਲ, ਸਭ ਪਰ ਦਇਆ ਕਰੋ, ਦਇਆ ਕਰੋ, ਦਇਆ ਕਰੋ ਗੁਰੂ ਪਾਲ, ਸਭ ਕੇ ਕਸ਼ਟ ਹਰੋ, ਕਸ਼ਟ ਹਰੋ, ਕਸ਼ਟ ਹਰੋ ਗੁਰੂ ਪਾਲ, ਸਭ ਪਰ ਦਇਆ ਕਰੋ। ਹਮ ਬਾਲਕ ਤੁਮ ਪਿਤਾ ਹਮਾਰੇ, ਤੁਮ ਬਿਨ ਬਿਗੜੀ ਕੌਣ ਸੰਵਾਰੇ। ਹਮ ਬਾਲਕ ਤੁਮ ਪਿਤਾ ਹਮਾਰੇ, ਤੁਮ ਬਿਨ ਬਿਗੜੀ ਕੌਣ ਸੰਵਾਰੇ। ਤਸਮ ਹਰੋ ਗੁਰੂ ਜੋਤਿ ਜਗਾਓ, ਭਟਕ ਰਹੇ ਹੈ ਰਾਹ ਦਿਖਾਓ, ਭਟਕ ਰਹੇ ਹੈ ਰਾਹ ਦਿਖਾਓ। ਭੁਲਾ ਦਿਆ ਅਗਰ ਤੁਮ ਨਹੀਂ ਹਮਕੋ, ਕੌਣ ਕਰੇਗਾ ਧਿਆਨ, ਸਭ ਪਰ ਦਇਆ ਕਰੋ, ਦਇਆ ਕਰੋ, ਦਇਆ ਕਰੋ ਗੁਰੂ ਪਾਲ, ਸਭ ਕੇ ਕਸ਼ਟ ਹਰੋ, ਕਸ਼ਟ ਹਰੋ, ਕਸ਼ਟ ਹਰੋ ਗੁਰੂ ਪਾਲ, ਸਭ ਪਰ ਦਇਆ ਕਰੋ। ਮਾਨਵ ਬਨ ਕਰ ਹਮ ਜੀ ਪਾਏ, ਇਸ ਧਰਤੀ ਪਰ ਸਵਰਗ ਸਜਾਏ। ਮਾਨਵ ਬਨ ਕਰ ਹਮ ਜੀ ਪਾਏ, ਇਸ ਧਰਤੀ ਪਰ ਸਵਰਗ ਸਜਾਏ। ਕਟੇ ਪਾਪ ਕੀ ਕਾਲੀ ਕਾਰਾ, ਬਹਿ ਨਾਮ ਕੀ ਅੰਮ੍ਰਿਤ ਧਾਰਾ, ਬਹਿ ਨਾਮ ਕੀ ਅੰਮ੍ਰਿਤ ਧਾਰਾ। ਸਭ ਸੰਗਤ ਕਾ ਮਾਨ ਬੜੇ ਨਿਤ, ਸਭ ਕਾ ਹੋ ਕਲਿਆਣ, ਸਭ ਪਰ ਦਇਆ ਕਰੋ, ਦਇਆ ਕਰੋ, ਦਇਆ ਕਰੋ ਗੁਰੂ ਪਾਲ, ਸਭ ਕੇ ਕਸ਼ਟ ਹਰੋ, ਕਸ਼ਟ ਹਰੋ, ਕਸ਼ਟ ਹਰੋ ਗੁਰੂ ਪਾਲ, ਸਭ ਪਰ ਦਇਆ ਕਰੋ। ਜਿਸ ਕੇ ਮਨ ਮੇ ਮੂਰਤ ਤੇਰੀ, ਜਿਸ ਕੇ ਮੂੰਹ ਪਰ ਤੇਰਾ ਨਾਮ, ਜਿਸ ਕੇ ਮਨ ਮੇ ਮੂਰਤ ਤੇਰੀ, ਜਿਸ ਕੇ ਮੂੰਹ ਪਰ ਤੇਰਾ ਨਾਮ। ਪਲਕ ਝਪਕ ਤੇ ਬਨ ਜਾਤੇ ਹੈ, ਉਸ ਕੇ ਬਿਗੜੇ ਸਭ ਹੀ ਕਾਮ, ਉਸ ਕੇ ਬਿਗੜੇ ਸਭ ਹੀ ਕਾਮ। ਦਇਆ ਮਿਹਰ ਹੋ ਜਾਏ ਤੇਰੀ, ਮੇਰਾ ਬਨ ਜਾਏ ਕਾਮ, ਸਭ ਪਰ ਦਇਆ ਕਰੋ, ਦਇਆ ਕਰੋ, ਦਇਆ ਕਰੋ ਗੁਰੂ ਪਾਲ, ਸਭ ਕੇ ਕਸ਼ਟ ਹਰੋ, ਕਸ਼ਟ ਹਰੋ, ਕਸ਼ਟ ਹਰੋ ਗੁਰੂ ਪਾਲ, ਸਭ ਪਰ ਦਇਆ ਕਰੋ। ਕਿਰਪਾਲ ਗੁਰੂ ਬਸ ਇਤਨਾ ਵਰ ਦੋ, ਤਨ ਮਨ ਧਨ ਸਭ ਨਿਰਮਲ ਕਰ ਦੋ।
कृपाल गुरु बस इतना वर दो, तन मन धन सब निर्मल कर दो, हर दुविधा से हो छुटकारा, सब में दिखे रूप तुम्हारा, सब में दिखे रूप तुम्हारा, सच्चे मन से करे तुम्हारा, आ जाय अब गुण गान सब पर, दया करो गुरुपाल, सबके कष्ट हरो गुरुपाल, सब पर दया करो गुरुपाल, सबके कष्ट हरो गुरुपाल, सब पर दया करो। थोड़े अगे स्वामी जी महाराज दी छोटा जा शब्द रखा जाता है, गौर न सुनने वाला है। सब संत महात्मा का एक ही होका है कि शांति भजन विच है, नाम विच है। बाहर दुनिया के किसी पदार्थ विच शांति नहीं, तृप्ति नहीं। दुनिया का कितना भी धन दौलत सानू क्यों ना मिल जाए, मन फिर भी तृप्त नहीं हुंदा गा। गुरु नानक ने कहा, लख जोड़े करोड़ जोड़े मन परे परे को होड़े रे, फिर भी मन होर मंगदा है। इसे तरह जितना मर्जी सानू मान मिल जावे, आदर मिल जावे, फिर भी मन जड़ा है एदे नाल किड़ा, इस नू शांति आउंदी है। दुनिया का कोई भी पदार्थ है, धन है, दौलत है, बाल बच्चे हन, फिर भी ये सानू शांति नहीं, बल्कि भटकना होर पैदा हो जाती है। तो सब संतां दा इको ही उपदेश है कि शांति थोड़े अंदर है, थोड़े अंदर। कबीर साहब ने कहा, बाग है, बहारा हन, सूरज, चंद्रमा, सितारे सब अंदर हन। इन्हां दे पैदा करन वाला ओ माली परमात्मा भी थोड़े अंदर है। वो कहते हैं तुसी खुद अंदर उस नाम की पौड़ी ते चढ़ के देख लो कि जेड़ा दुनिया नू सारी नू पैदा करता है, वो बड़ी ही जुगती दे मुताबक हर एक दे अंदर बैठा होया है। इंसान ने बाहर हर एक चीज नू आपदे वस विच कीता है, सब ते फतेह हासिल कीती है। हाथी, घोड़े, शेर, चीते सब इंसान ने वस विच कीते है, राजयां दे राज जीते है, लेकिन मन नू कोई वस ना कर सकिया, मन ते कोई जित प्राप्त ना कर सकिया। क्योंकि साडा जो मन है विषय बकारा विच फस के ऐसी एक भटकण विच पिया होया है कि जेड़ा सानू अंदर ओ शांति दे घर विच पहुंचने नहीं दिंदा गा। तो अव्यासी दी सब तो वड्डी रुकावट अंदर जाण विच ओदा मन है। गुरु अर्जन देव जी महाराज ने कहा, मन खिन खिन परम परम भो तावै ते तिल करनी वासा पाईऐ। मन जो है और आत्मा इन्हां दी जो गठ है वह साडे दोनों अखां दे दरमियान है। मन इत्थों सकिंट सकिंट बाहर दी तरफ जांदा है। मन एक ऐसी ताकत है जिस नूं समझना बड़ा मुश्किल है। कबीर साहब ने उस नूं बिना सिर तो चोर किया है, क्योंकि मन दिसदा नहीं गा। इस वास्ते वो कहंदे बिना सिर तो चोर है। तो कहंदे तुसी जागो, थोड़े नगर विच ये चोर किस तरह दाखल हुंदा है, इहदियां केड़ियां फौजां हन, काम है, क्रोध है, लोह मोह हंकार है, ये पंज बड़ियां जबरदस्त इस दियां ताकतां हन।
ਅੱਗੇ ਖੁਆਇਸ਼ਾਂ ਆਸਾ ਤ੍ਰਿਸ਼ਨਾ ਹੋਰ ਇਹ ਇਸੇ ਦੀਆਂ ਹੀ ਫੌਜਾਂ ਹਨ। ਸੋ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਤੁਸੀਂ ਭਜਨ ਕਰੋ, ਸ਼ਾਂਤੀ ਵਿੱਚ ਆ ਜਾਓ, ਸ਼ਾਂਤੀ ਅੰਦਰ ਹੈ। ਸੋ ਸਾਨੂੰ ਗੌਰ ਨਾਲ ਉਹਨਾਂ ਦਾ ਸ਼ਬਦ ਸੁਣਨਾ ਹੈ। ਹਾਂ, ਉਪਦੇਸ਼ ਸ਼ਬਦ ਅਭਿਆਸ ਸ਼ਬਦ ਪੰਜਵਾਂ ਸਾਰ ਬਚਨ ਪੰਨਾ 157। ਭਜਨ ਕਰ ਮਗਨ ਰਹੋ ਮਨ ਮੇ, ਭਜਨ ਕਰ ਮਗਨ ਰਹੋ ਮਨ ਮੇ, ਭਜਨ ਕਰ ਮਗਨ ਰਹੋ ਮਨ ਮੇ, ਭਜਨ ਕਰ ਮਗਨ ਰਹੋ ਮਨ ਮੇ। ਜੋ ਜੋ ਚੋਰ ਭਜਨ ਕੇ ਪ੍ਰਾਣੀ, ਸੋ ਸੋ ਦੁੱਖ ਸਹੇ। ਸਵਾਮੀ ਜੀ ਮਹਾਰਾਜ ਬੜੇ ਪਿਆਰ ਨਾਲ ਦੱਸਦੇ ਹੈ ਕਿ ਜਿਹੜੇ ਲੋਕ ਇਸ ਸੰਸਾਰ ਵਿੱਚ ਆ ਕੇ ਭਜਨ ਸਿਮਰਨ ਨਹੀਂ ਕਰਦੇ ਗਏ, ਆਪਦਾ ਆਲਾ ਕ੍ਰੈਡਿਟ ਨਹੀਂ ਬਣਾਉਂਦੇ ਗਏ, ਕੋਈ ਥੋੜ੍ਹਾ ਬਹੁਤ ਟਾਈਮ ਉਸ ਪਰਮਾਤਮਾ ਵਾਸਤੇ ਨਹੀਂ ਕੱਢਦੇ ਗਏ, ਉਸ ਸੰਸਾਰ ਦੇ ਵਿੱਚ ਦੁਖੀ ਆਉਂਦੇ ਹੈ, ਦੁਖੀ ਚਲੇ ਜਾਂਦੇ ਹੈ। ਕਦੇ ਉਹ ਕਾਮ ਇੱਥੋਂ ਦੁਖੀ ਹੈ, ਕਦੇ ਕ੍ਰੋਧ ਇੱਥੋਂ ਦੁਖੀ ਹੈ। ਸਵਾਮੀ ਜੀ ਮਹਾਰਾਜ ਹੋਰ ਵੀ ਅੱਗੇ ਦੱਸਣਗੇ ਕਿ ਕਿਹੜੇ ਕਿਹੜੇ ਉਹਨਾਂ ਨੂੰ ਦੁੱਖ ਆ ਕੇ ਵਿਆਪਦੇ ਹੈ। ਜੀ, ਜੋ ਜੋ ਚੋਰ ਭਜਨ ਕੇ ਪ੍ਰਾਣੀ, ਸੋ ਸੋ ਦੁੱਖ ਸਹੇ। ਆਲਸ ਨੀਂਦ ਸਤਾਵੇ ਉਨੇ ਕੋ, ਨਿਤ ਨਿਤ ਪਰਮ ਬਹੇ। ਉਹ ਆਲਸੀ ਹੋ ਜਾਂਦੇ ਹੈ, ਨੀਂਦ ਦੇ ਦਾਸ ਬਣ ਜਾਂਦੇ ਹੈ, ਇੱਥੋਂ ਤੱਕ ਸੁਬਾਹ ਉੱਠਣ ਵਿੱਚ ਉਹ ਖਾਣਾ ਖਾਣ ਲੱਗੇ, ਨਾਸ਼ਤਾ ਕਰਨ ਲੱਗੇ ਵੀ ਆਲਸ ਕਰਦੇ ਆ ਕਿ ਹੋਰ ਸੌਂ ਗਏ। ਅਸੀਂ ਰੋਜ਼ ਹੀ ਘਰਾਂ ਵਿੱਚ ਦੇਖਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਨੀਂਦ ਆਉਂਦੀ ਹੈ, ਕਿਸ ਤਰ੍ਹਾਂ ਆਲਸ। ਉਸ ਤੋਂ ਬਾਅਦ ਜਿਹੜੀ ਵੱਡੀ ਚੀਜ਼ ਪਰੇਸ਼ਾਨੀ ਕਰਦੀ ਹੈ ਜਿਹੜੇ ਭਜਨ ਨਹੀਂ ਕਰਦੇ, ਭਰਮ ਹੈ। ਲਕਮਾਨ ਹਕੀਮ 73 ਮੁਰਦਿਆਂ ਨੂੰ ਵੀ ਜਿੰਦੇ ਕਰ ਲੈਂਦੇ ਸੀਗੇ, ਬੜੇ ਅੱਛੇ ਹਕੀਮ ਹੋਏ ਹੈ, ਲੇਕਿਨ ਭਰਮ ਦੀ ਜਾਂ ਵਹਿਮ ਦੀ ਦਵਾਈ ਉਹਨਾਂ ਪਾਸ ਵੀ ਨਹੀਂ ਸੀ। ਜਿਹੜੇ ਭਜਨ ਨਹੀਂ ਕਰਦੇ ਗਏ ਸਵਾਮੀ ਜੀ ਮਹਾਰਾਜ ਕਹਿੰਦੇ ਉਹ ਭਰਮ ਦਾ ਸ਼ਿਕਾਰ ਹੋ ਜਾਂਦੇ ਹੈ। ਸੋ ਭਰਮ ਕਿਹੜਾ ਹੈ? ਜਿਹੜਾ ਅਸੀਂ ਦਿਨ ਰਾਤ ਸੋਚ ਰਹੇ ਹਾਂ ਕਿ ਮੇਰੀ ਕੌਮ ਹੈ, ਮੇਰੀ ਬੀਵੀ ਬੱਚੇ ਹੈ, ਮੈਂ ਇਤਨੀ ਚੀਜ਼ ਦਾ ਮਾਲਕ ਹੈ, ਇਤਨੀ ਦੁਨੀਆ ਮੇਰੇ ਅੱਗੇ ਨਮਸਕਾਰ ਕਰਦੀ ਹੈ, ਇਹ ਸਭ ਭਰਮ ਹੈ। ਸੋ ਪਿਆਰਿਓ, ਨਾ ਕਿਸੇ ਬੀਵੀ ਬੱਚੇ ਨੇ ਅੰਤ ਵੇਲੇ ਸਾਥ ਜਾਣਾ ਹੈ, ਨਾ ਧਨ ਦੌਲਤ ਨੇ ਜਾਣਾ ਹੈ, ਨਾ ਜਿਹੜੇ ਸਾਡੇ ਅੱਗੇ ਰਾਜਿਆਂ ਦੇ ਅੱਗੇ ਫੌਜਾਂ ਨਮਸਕਾਰ ਕਰਦੀ ਹੈ, ਸਲਾਮੀਆਂ ਦਿੰਦੀ ਹੈ, ਉਹਨਾਂ ਨੇ ਹੀ ਸਾਥ ਜਾਣਾ ਹੈ। ਇਹ ਇੱਥੋਂ ਦਾ ਸਮਾਨ ਇੱਥੇ ਰਹਿ ਜਾਣਾ ਹੈ। ਗੁਰੂ ਨਾਨਕ ਨੇ ਕਿਹਾ, ਜਾਂ ਪਤ ਲੇਖੇ ਨਾ ਪਵੇ। ਅਗਰ ਖੁਦ ਸਾਡੀ ਪਤ ਲੇਖੇ ਦੇ ਵਿੱਚ ਪਰਮਾਤਮਾ ਦੇ ਦਰ ਤੇ ਜਾ ਕੇ ਸਾਡੀ ਪੁੱਛ ਗਿੱਛ ਨਹੀਂ, ਤੋ ਜਿਹੜੇ ਸਾਨੂੰ ਸਲਾਮਾਂ ਕਰਨ ਵਾਲੇ ਹੈ ਉਹ ਵੀ ਵਿਚਾਰੇ ਪਛਤਾਉਂਦੇ ਹੈ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਇਹ ਉਹ ਭਰਮ ਵਿੱਚ ਪਏ ਹੋਏ ਹੈ ਕਿ ਪਤਾ ਨਹੀਂ ਸਾਨੂੰ ਸਦਾ ਹੀ ਐਸ਼ੋ ਇਸ਼ਰਤਾਂ ਰਹਿਣਗੀਆਂ, ਪਤਾ ਨਹੀਂ ਅਸੀਂ ਸਦਾ ਹੀ ਦੁਨੀਆਂ ਦੀਆਂ ਰੰਗ ਰਲੀਆਂ ਦੇ ਵਿੱਚ ਲੱਗੇ ਰਹਾਂਗੇ। ਭਜਨ ਸਿਮਰ ਤਾਂ ਸ਼ਾਇਦ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਤਾਂ ਸ਼ਰਾਬਾ ਕਵਾਮਾ ਹੀ ਹਨ। ਇਹ ਉਹਨਾਂ ਨੂੰ ਭਰਮ ਹੈ, ਮੌਤ ਦਾ ਪਤਾ ਨਹੀਂ ਕਿਸ ਜਗ੍ਹਾ ਆ ਜਾਣੀ ਹੈ, ਕਦ ਆ ਕੇ ਉਸਨੇ ਗਲਾ ਦਬਾ ਲੈਣਾ ਹੈ। ਮੌਤ ਦੀ ਘੰਟੀ ਹਰ ਇੱਕ ਦੇ ਵਾਸਤੇ ਖੜਕਦੀ ਹੈ, ਤੁਸੀਂ ਬੇਸ਼ੱਕ ਮੌਤ ਨੂੰ ਭੁੱਲ ਜਾਓ, ਉਹ ਨਹੀਂ ਭੁੱਲਦੀਗੀ। ਸੋ ਇਸ ਵਾਸਤੇ ਕਬੀਰ ਫਰੀਦ ਸਾਹਿਬ ਨੇ ਕਿਹਾ ਸੀਗਾ ਕਿ
ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਸਾਡਾ ਹਿੰਦੁਸਤਾਨ ਦਾ ਰਿਵਾਜ ਹੈ ਕਿ ਮਾਤਾ ਪਿਤਾ ਬੱਚਿਆਂ ਦੀ ਸ਼ਾਦੀ ਮੁਕਰਰ ਕਰਦੇ ਹੈ, ਦਿਨ ਵੀ ਮੁਕਰਰ ਕਰਦੇ ਹੈ। ਜਿਹੜੇ ਉਹ ਲੜਕੇ ਵਾਲੇ ਹੈ ਉਹ ਦਿਨ ਦੇ ਮੁਤਾਬਕ ਉਸ ਟਾਈਮ ਦੇ ਮੁਤਾਬਕ ਉਹ ਘਰ ਆ ਜਾਂਦੇ ਹੈ। ਉਹਨਾਂ ਨੂੰ ਪਤਾ ਹੈ ਕਿ ਆਹ ਜੇ ਵਕਤ ਅਸੀਂ ਟਾਲਣਾ ਨਹੀਂ ਗਾ। ਇਸੇ ਤਰ੍ਹਾਂ ਉਹ ਅਜਰਾਈਲ ਫਰਿਸ਼ਤਾ ਜੋ ਹੈ, ਜੋ ਆਤਮਾ ਨੂੰ ਵਰਨ ਵਾਸਤੇ ਆਉਂਦਾ ਹੈ ਲਾੜਾ ਬਣ ਕੇ, ਉਸ ਵੇਲੇ ਉਹ ਉਸ ਟਾਈਮ ਤੋਂ ਕਦੇ ਵੀ ਅੱਗਾ ਪਿੱਛਾ ਨਹੀਂ ਕਰਦਾ ਗਾ, ਉਹ ਟਾਈਮ ਤੇ ਆ ਜਾਂਦਾ ਹੈ। ਅਸੀਂ ਹਿੰਦੁਸਤਾਨ ਚ ਦੇਖਦੇ ਹਾਂ ਕਿ ਲੜਕੀਆਂ ਜਦ ਸਹੁਰਿਆਂ ਘਰ ਜਾਂਦੀਆਂ ਹਨ ਉਹ ਰੋਂਦੀਆਂ ਹਨ, ਕਿਉਂਕਿ ਉਹਨਾਂ ਨੂੰ ਮਾਂ ਬਾਪ ਦਾ ਪਿਆਰ ਹੈ ਜਿਹੜਾ ਭੈਣਾਂ ਭਰਾਵਾਂ ਦਾ ਛੱਡਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦ ਮੌਤ ਆਉਂਦੀ ਹੈ ਸਾਡੀਆਂ ਵੀ ਅੱਖਾਂ ਚੋਂ ਪਾਣੀ ਗਿਰਦਾ ਹੈ, ਅਸੀਂ ਵੀ ਰੋਂਦੇ ਹਾਂ। ਜਿਹੜੇ ਸਾਡੇ ਪਾਸ ਮਾਤਾ ਪਿਤਾ ਭੈਣ ਭਰਾ ਹੈ ਉਹਨਾਂ ਦੇ ਅੱਗੇ ਵੀ ਫਰਿਆਦਾਂ ਕਰਦੇ ਹਾਂ ਕਿ ਸਾਨੂੰ ਤੁਸੀਂ ਰੱਖ ਲਓ ਜਾਂ ਕਿਸੇ ਅੱਛੇ ਡਾਕਟਰ ਹਕੀਮ ਦੇ ਕੋਲ ਲੈ ਚੱਲੋ। ਲੇਕਿਨ ਉਦੋਂ ਚੀਖੋ ਪੁਕਾਰ ਨੂੰ ਉਹ ਅਜਰਾਈਲ ਫਰਿਸ਼ਤਾ ਨਹੀਂ ਸੁਣਦਾ ਗਾ। ਜਿਸ ਤਰ੍ਹਾਂ ਕਿ ਉਹ ਲਾੜਾ ਜਿਹੜਾ ਘਰ ਵਿੱਚ ਆਉਂਦਾ ਹੈ ਉਹ ਉਸ ਲੜਕੀ ਰੋਂਦੀ ਨੂੰ ਨਹੀਂ ਦੇਖਦਾ ਗਾ ਵੀ ਰੋਂਦੀ ਹੈ ਸਖੀਆਂ ਸਹੇਲੀਆਂ ਵਾਸਤੇ ਮੈਂ ਇਹਨੂੰ ਛੱਡ ਜਾਵਾਂ। ਇੱਕ ਦੁਨਿਆਵੀ ਲਾੜਾ ਨਹੀਂ ਛੱਡਦਾ ਗਾ ਤੇ ਜਿਹੜਾ ਅਜਰਾਈਲ ਫਰਿਸ਼ਤਾ ਹੈ ਉਹ ਕਿਸ ਤਰ੍ਹਾਂ ਛੱਡ ਸਕਦਾ ਹੈ। ਸੋ ਇਸ ਵਾਸਤੇ ਫਰੀਦ ਸਾਹਿਬ ਕਹਿੰਦੇ ਹੈ ਕਿ ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲਾ ਆਏ ਜਿੰਦ ਨਵਾਣੀ ਕੱਢੀਐ ਹੱਡਾ ਕੁਕੜਕਾਏ ਸਾਹੇ ਲੇਖੇ ਨਾ ਚੱਲਣੀ ਜਿੰਦੋ ਕੋ ਸਮਝਾਏ। ਸੋ ਕੌਣ ਸਾਨੂੰ ਸਮਝਾਵੇ? ਸੋ ਜਦੋਂ ਅਸੀਂ ਸਤਸੰਗ ਦੇ ਅੰਦਰ ਜਾਂਦੇ ਹਾਂ ਉਸ ਵੇਲੇ ਸਾਨੂੰ ਸਮਝ ਆਉਂਦੀ ਹੈ ਕਿ ਜੀਵਨ ਤਾਂ ਸਿੰਘ ਭਰ ਹੈ, ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਪੈ ਜਾਣੀ ਹੈ। ਸੋ ਅਸੀਂ ਇਹ ਭਰਮ ਵਿੱਚ ਫਸੇ ਹੋਏ ਹਾਂ। ਸਵਾਮੀ ਜੀ ਮਹਾਰਾਜ ਕਹਿੰਦੇ ਇਹ ਭਰਮ ਕਿਹਨਾਂ ਨੂੰ ਚਿੰਬੜੇ ਹੈ ਕਿ ਜਿਹੜੇ ਭਜਨ ਨਹੀਂ ਕਰਦੇ, ਮਨੁੱਖ ਜਾਮੇ ਦੀ ਜਿਹੜੇ ਅਸਲੀਅਤ ਨੂੰ ਸਮਝਦੇ ਗਏ। ਜੀ ਆਲਸ ਨੀਂਦ ਸਤਾਵੇ ਨਿਤ ਨਿਤ ਪਰਮ ਬਹੇ ਕਾਮ ਕ੍ਰੋਧ ਕੇ ਤਕੇ ਖਾਵੇ ਲੋਭ ਨਦੀ ਮੇ ਡੂਬ ਮਰੇ। ਕਦੇ ਉਹ ਕਾਮ ਦੇ ਵਸ ਵਿੱਚ ਹੋ ਜਾਂਦੇ ਆ, ਇੰਨੇ ਕਾਮ ਵਿੱਚ ਗਿਰ ਜਾਂਦੇ ਹੈ ਕਿ ਆਪਣੀ ਇਸਤਰੀ ਨੂੰ ਛੱਡ ਕੇ ਪਰਾਈਆਂ ਇਸਤਰੀਆਂ ਤੱਕ ਵੀ ਉਹ ਸਬਰ ਨਹੀਂ ਕਰਦੇ, ਗੁਰੇਜ ਨਹੀਂ ਕਰਦੇ। ਇਸੇ ਤਰ੍ਹਾਂ ਔਰਤਾਂ ਦੀ ਹਾਲਤ ਹੈ ਕਿ ਜਦੋਂ ਕਾਮ ਵਸ ਹੋ ਜਾਂਦੀਆਂ ਹਨ ਉਹ ਕਿਸ ਤਰ੍ਹਾਂ ਆਪਦੇ ਧਰਮ ਨੂੰ ਛੱਡ ਕੇ ਦੂਸਰੇ ਮਰਦਾਂ ਦੇ ਨਾਲ ਜਾ ਕੇ ਸੰਗ ਕਰਦੀਆਂ ਹਨ। ਗੁਰੂ ਨਾਨਕ ਦੇਵ ਨੇ ਬਾਣੀ ਵਿੱਚ ਦੱਸਿਆ ਹੈ ਕਾਮ ਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਇਹਨਾਂ ਚੂਕੈ ਦਿਨ ਪਰਤ ਕਰੈ ਕਰੈ ਪਛਤਾਪੈ ਲੋਭ ਮੋਹ ਮੇ ਸੁਕੈ। ਉਹ ਦਿਨ ਰਾਤ ਕਰਦੇ ਹੈ, ਆਤਮਾ ਫਿਰ ਠੋਕਰ ਮਾਰਦੀ ਹੈ ਕਿ ਤੁਸੀਂ ਪਾਪ ਕਰਦੇ ਹੋ, ਲੇਕਿਨ ਆਤਮਾ ਦੀ ਕੌਣ ਸੁਣਦਾ ਹੈ? ਇਹ ਕੀ ਹੈ ਕਿ ਕਾਮ ਵਿੱਚ ਆ ਕੇ ਬੰਦਾ ਰਿਸ਼ਤਾ ਹੀ ਭੁੱਲ ਜਾਂਦਾ ਹੈ, ਉਹਨੂੰ ਕੋਲੇ ਖੜਾ ਬੰਦਾ ਦਿਸਦਾ ਹੀ ਨੀਗਾ। ਸੋ ਕਾਮੇ ਕਬੀਰ ਸਾਹਿਬ ਨੇ ਕਿਹਾ ਕਿ ਬੇਸ਼ਰਮ ਹੋ ਜਾਂਦਾ ਹੈ, ਉਹਨੂੰ ਪਤਾ ਹੀ ਨੀਗਾ, ਨਾ ਆਪਣੀ ਹੋਸ਼ ਹੈ ਨਾ ਹੋਰ ਕਿਸੇ ਦੀ ਉਹਨੂੰ ਹੋਸ਼ ਹੈ। ਸੋ ਦੂਸਰੇ ਪਾਸੇ ਕਹਿੰਦੇ ਜੋ ਕਾਮ ਤੋਂ ਬਚਦਾ ਤਾਂ ਕ੍ਰੋਧ ਉਦਾਲੇ ਹੋ ਜਾਂਦਾ ਹੈ। ਕ੍ਰੋਧ ਕਿਸ ਤਰ੍ਹਾਂ ਘਰਾਂ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ, ਕੌਮਾਂ ਦੀਆਂ ਕੌਮਾਂ ਮੁਲਕਾਂ ਦੇ ਮੁਲਕ ਤਬਾਹ ਕਰ ਦਿੰਦਾ ਹੈ। ਆ ਅਸੀਂ ਕ੍ਰੋਧ ਦੇ ਵੱਸ ਹੋ ਕੇ ਇੱਕ ਦੂਸਰੇ ਨਾਲ ਲੜਦੇ ਹੈ, ਝਗੜਦੇ ਹੈ, ਕ੍ਰੋਧ ਦੇ ਵੱਸ ਹੋਇਆ ਭਰਾ ਭਰਾ ਦਾ ਸਿਰ ਗਾਜਰ ਬੋਲੀ ਬਣਾ ਲੈਂਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਜੇ ਲੋਭ ਆ ਜਾਵੇ ਫਿਰ ਤਾਂ ਪੁੱਛਣਾ ਹੀ ਇਸ ਦਾ ਕੀ ਹੈ। ਕਾਮ ਕ੍ਰੋਧ ਕੇ ਖਾਵੇ ਲੋਭ ਨਦੀ ਮੇ ਡੂਬ ਮਰੇ ਗੁਰ ਸੰਗ ਪ੍ਰੀਤ ਕਰੇ ਨਹੀਂ ਪੂਰੀ
ਨਾਮ ਨਾ ਡੋਰ ਗਹੀ। ਥੋੜਾ ਪਿਆਰ ਦੇ ਨਾਲ ਕਹਿੰਦੇ ਹੈ ਕਿ ਐਸੇ ਲੋਕ ਗੁਰੂ ਵਾਸਤੇ ਪਰਮਾਤਮਾ ਵਾਸਤੇ ਤਾਂ ਸੋਚ ਵੀ ਨਹੀਂ ਸਕਦੇ ਗੇ, ਕਿਉਂਕਿ ਕਾਮ ਦੀ ਜੋ ਗਿਰਾਵਟ ਹੈ ਉਹ ਨੀਚੇ ਨੂੰ ਹੈ, ਨਾਮ ਦੀ ਚੜ੍ਹਾਈ ਉੱਪਰ ਨੂੰ ਹੈ। ਇਸ ਵਾਸਤੇ ਉਹਨਾਂ ਦੇ ਅੰਦਰ ਉਹ ਨਾਮ ਜਿਹੜਾ ਹੈ ਉਸ ਨੂੰ ਫੜ ਹੀ ਨਹੀਂ ਸਕਦੇ ਗੇ, ਇੱਧਰ ਸੋਚ ਹੀ ਨਹੀਂ ਸਕਦੇ ਗੇ। ਉਹਨਾਂ ਦੇ ਦਿਲਾਂ 'ਚ ਇਹ ਹੈ ਕਿ ਸ਼ਾਇਦ ਇਹ ਲੋਕ ਥੁੜਦੀ ਕਾਰਨ ਹੀ ਗੁਰੂਆਂ ਕੋਲੇ ਜਾਂਦੇ ਹੈ, ਸੰਤਾਂ ਦੇ ਮਗਰ ਫਿਰਦੇ ਹੈ। ਸੋ ਉਹ ਇਸ ਗੱਲ ਨੂੰ ਸਮਝ ਨਹੀਂ ਸਕਦੇ ਗੇ। ਕਬੀਰ ਸਾਹਿਬ ਨੇ ਕਿਹਾ, ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤ ਨਾ ਹੋਏ, ਭਗਤੀ ਕਰੇ ਕੋਈ ਸੂਰਮਾ ਤੇ ਜਾਤ ਵਰਨ ਕੁੱਲ ਖੋਏ। ਜੀ ਗੁਰ ਸੰਗ ਪ੍ਰੀਤ ਕਰੇ ਨਹੀਂ ਪੂਰੀ, ਨਾਮ ਨਾ ਡੋਰ ਗਏ, ਤ੍ਰਿਸ਼ਨਾ ਅਗਨ ਜਲੇ ਨਿਸ ਬਾਸਰ, ਨਰਕਨ ਮਾਹੇ ਪੜੇ। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਉਹ ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਬੁਝਦੇ ਹੈ। ਗੁਰੂ ਨਾਨਕ ਨੇ ਕਿਹਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੇ ਹੈ, ਕੋਈ ਵਿਰਲੇ ਵਿਰਲੇ ਕੋਟਨ ਮੇਂ ਕਹੋ ਜੋ ਭਜਨ ਰਾਮ ਕੋ ਪਾਵੈ, ਕੋਈ ਵਿਰਲੇ ਵਿਰਲੇ ਕਰੋੜਾਂ ਚ ਕੱਦਾ ਜਗ ਮੇਂ ਉੱਤਮ ਕੱਢੀਏ ਵਿਰਲੇ ਕਈ ਕੇ, ਨਹੀਂ ਤਾਂ ਅਸੀਂ ਤ੍ਰਿਸ਼ਨਾ ਪੂਰੀਆਂ ਨਹੀਂ ਹੁੰਦੀਆਂ, ਹੋਰ ਪੈਦਾ ਕਰ ਲੈਂਦੇ ਹਾਂ। ਉਹ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਅਸੀਂ ਐਬ ਕਰਦੇ ਹਾਂ, ਪਾਪ ਕਰਦੇ ਹਾਂ, ਨਜਾਇਜ਼ ਧਨ ਜੋੜ ਕੇ ਰੱਖ ਲੈਂਦੇ ਹਾਂ। ਉਹ ਜਾਂ ਤਾਂ ਸਾਡੇ ਜਿਉਂਦਿਆਂ ਜਿਉਂਦਿਆਂ ਹੀ ਉਹ ਸਮਾਪਤ ਹੋ ਜਾਂਦਾ ਹੈ, ਜਾਂ ਪਿੱਛੋਂ ਬਾਲ ਬੱਚੇ ਉਹਨੂੰ ਸ਼ਰਾਬਾਂ ਕਬਾਬਾਂ ਦੇ ਵਿੱਚ ਉਡਾ ਦਿੰਦੇ ਹੈ। ਜਿਹੜਾ ਸਾਡੀ ਜ਼ਿੰਦਗੀ ਤੇ ਲਾਹਾ ਭੋਗਣਾ ਪੈਂਦਾ ਹੈ ਉਹ ਪਾਪਾਂ ਦਾ, ਉਹ ਮੁਫਤ ਦਾ ਹੀ ਹੋ ਜਾਂਦਾ ਹੈ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਉਹ ਤ੍ਰਿਸ਼ਨਾ ਨਾ ਅੱਜ ਤਾਈਂ ਕਦੇ ਕਿਸੇ ਦੀਆਂ ਪੂਰੀਆਂ ਹੁੰਦੀਆਂ, ਨਾ ਹੋ ਹੀ ਸਕਦੀਆਂ ਹਨ। ਇਹ ਕਿੰਨਾ ਦੀ ਹਾਲਤ ਹੈ ਜਿਹੜੇ ਭਜਨ ਸਿਮਰ ਨਹੀਂ ਕਰਦੇ ਗੇ। ਜੀ ਤ੍ਰਿਸ਼ਨਾ ਅਗਨ ਜਲੇ ਨਿਸ ਬਾਸਰ, ਨਰਕਨ ਮਾਹੇ ਪੜੇ, ਸੰਤਨ ਸਾਥ ਵਿਰੋਧ ਬੜਾਵੇ, ਉਲਟੀ ਬਾਤ ਕਹੇ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਉਹਨਾਂ ਦੀ ਕੀ ਹਾਲਤ ਹੈ। ਉਹ ਸੰਤਾਂ ਦੇ ਹਮੇਸ਼ਾ ਮੁਖਾਲਫਤ ਦੇ ਵਿੱਚ ਲੱਗੇ ਰਹਿੰਦੇ ਹੈ, ਸਾਰਾ ਦਿਨ ਉਹਨਾਂ ਨੂੰ ਪੁੱਛ ਪਈ ਹੈ, ਸੰਤਾਂ ਮਹਾਤਮਾ ਦੀ ਨਿੰਦਿਆ ਕਰੀ ਜਾਂਦੇ ਹੈ। ਨਾ ਇਹਦੇ ਵਿੱਚ ਕੋਈ ਮਿਠਾਸ ਹੈ, ਨਾ ਕੋਈ ਇਹ ਕੋਈ ਸਵਾਦ ਹੈ, ਖੱਟੀ ਇਹ ਨਹੀਂ, ਮਿੱਠੀ ਇਹ ਨਹੀਂ, ਲੇਕਿਨ ਜਿਹੜੀ ਆਦਤ ਬਣੀ ਹੋਈ ਹੈ। ਤੁਸੀਂ ਸੋਚ ਕੇ ਦੇਖ ਲਓ, ਇਤਿਹਾਸ ਪੜ੍ਹ ਕੇ ਦੇਖ ਲਓ, ਗੁਰੂ ਨਾਨਕ ਆਏ ਲੋਕਾਂ ਨੂੰ ਨਾਮ ਜਪਣਾ ਹੀ ਦੱਸਦੇ ਸੀ। ਜਿਹੜੇ ਲੋਕ ਐਸੇ ਭਜਨ ਨਹੀਂ ਕਰਦੇ ਸੀ, ਨਿੰਦਿਆ ਕਰਨ ਵਾਲੇ ਸੀ, ਉਹਨਾਂ ਨੇ ਕਿਹਾ ਇਹਦਾ ਉਪਦੇਸ਼ ਨਾ ਸੁਣੋ, ਇਹ ਲੋਕਾਂ ਦੇ ਦਿਮਾਗ ਵਿਗਾੜਦਾ ਹੈ। ਉਹਨਾਂ ਦੀ ਜਨਮ ਸਾਖੀ ਵਿੱਚ ਆਉਂਦਾ ਹੈ ਕਿ ਕਸੂਰ ਦੇ ਇਲਾਕੇ ਅੰਦਰ ਗਏ, ਇੱਕ ਪਿੰਡ ਨੇ ਪਿੰਡ ਵਿੱਚ ਨਹੀਂ ਵੜਨ ਦਿੱਤੇ ਕਿ ਕੁਰਾਹੀਆ ਹੈ, ਕੋੜੀ ਦੀ ਕੁਟੀਆ ਵਿੱਚ ਜਾ ਕੇ ਰਾਤ ਕੱਟੀ, ਪਰ ਉਹ ਕੋੜੀ ਦਾ ਜਿਹੜਾ ਕੋੜ ਸੀ ਉਹ ਦੂਰ ਹੋਇਆ। ਇਸੇ ਤਰ੍ਹਾਂ ਤੁਸੀਂ ਦੂਸਰੇ ਮਹਾਤਮਾ ਦੀ ਹਾਲਤ ਪੜ੍ਹ ਕੇ ਦੇਖ ਲਓ ਕਿ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੈਰ ਮਨੁੱਖੀ ਤਸੀਹੇ ਦਿੱਤੇ ਗਏ। ਬੜੀ ਗਰਮੀ ਜੂਨ ਦਾ ਮਹੀਨਾ ਸੀਗਾ ਜਦੋਂ ਉਹਨਾਂ ਦੇ ਨੀਚੇ ਲੋਹ ਤੇ ਬਿਠਾ ਕੇ ਅੱਗ ਜਾਲੀ ਗਈ, ਉੱਪਰ ਗਰਮ ਰੇਤ ਪਾਇਆ ਗਿਆ, ਉਬਲਦੀ ਦੇਗ ਵਿੱਚ ਬਿਠਾਏ ਗਏ। ਗੁਰੂ ਗੋਬਿੰਦ ਸਿੰਘ ਨਾਲ ਕੋਈ ਘੱਟ ਤਾਂ ਕੀਤੀ ਨਹੀਂ, ਉਹਨਾਂ ਦੇ ਬੱਚੇ ਜਿਹੜੇ ਸੀਗੇ ਉਹ ਸ਼ਹੀਦ ਕਰ ਦਿੱਤੇ। ਖੁਦ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਜਗ੍ਹਾ ਬੈਠਣ ਨਹੀਂ ਦਿੱਤਾ। 3 ਮਹੀਨੇ ਆਪ ਨੇ ਕਮਰਕਸਾ ਨਹੀਂ ਖੋਲਿਆ ਸੀ। ਇੱਕ ਦਿਨ ਪਿਆਰਿਓ ਆਪਾਂ ਕੱਪੜੇ ਨਾ ਬਦਲੀਏ ਤੇ ਜੂਆਂ ਪੈ ਜਾਂਦੀਆਂ ਹਨ। 3 ਮਹੀਨੇ ਅਗਰ ਕੋਈ ਨਾਤਾ ਹੀ ਨਾ ਹੋਵੇ, ਉਹਨਾਂ ਮਾਲਕ ਦੇ ਪਿਆਰਿਆਂ ਦਾ ਕੀ ਕਸੂਰ ਸੀ ਬਈ? ਆਹੇ ਸੀ ਕਿ ਸਾਡੇ ਉੱਤੇ ਰਹਿਮ ਕਰਦੇ ਸੀ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਭੇਡਾਂ ਦੇ ਵਾੜੇ ਨੂੰ ਅੱਗ ਲੱਗੀ ਹੁੰਦੀ ਹੈ, ਕੋਈ ਆਦਮੀ ਉਹਨਾਂ ਤੇ ਰਹਿਮ ਕਰਕੇ ਲੋਕ ਕੀ ਕਰਦੇ ਹੈ,
ਕਿ ਉਹਨਾਂ ਨੂੰ ਬਾਹਰ ਲਿਆਉਂਦੇ ਕੱਢ ਕੇ, ਲੇਕਿਨ ਉਹ ਸੁਸਾਇਟੀ ਨਹੀਂ ਛੱਡਦੀਆਂ ਗਈਆਂ, ਉੱਥੇ ਜਾ ਕੇ ਅੱਗ 'ਚ ਹੀ ਰਾਖ ਹੋ ਜਾਂਦੀਆਂ ਹਨ। ਇਹੀ ਹਾਲਤ ਸਾਡੀ ਹੈ। ਜਿਵੇਂ ਬੁਖਾਰ ਵਾਲੇ ਨੂੰ ਮਿਸ਼ਰੀ ਜਿਹੜੀ ਹੈ ਕੜਵੀ ਲੱਗਦੀ ਹੈ, ਹਾਲਾਂਕਿ ਮਿਸ਼ਰੀ ਕੜਵੀ ਨਹੀਂ। ਸੋ ਸਾਨੂੰ ਸਾਡੇ ਮੂੰਹ ਕਾਹਦੇ ਨਾਲ ਖਰਾਬ ਹੋਏ ਹੈ, ਕਾਹਦੇ ਨਾਲ ਮਗਜ਼ ਸਾਡੇ ਖਰਾਬ ਹੈ, ਵਿਸ਼ੇ ਬਕਾਰਾਂ ਦੀ ਯਹਿਰ ਚੜ੍ਹੀ ਹੈ, ਸਾਨੂੰ ਬਹੁਤ ਸਾਰੀਆਂ ਜ਼ਹਿਰਾਂ ਚੜ੍ਹੀਆਂ ਹੋਈਆਂ ਹਨ, ਕਿਧਰੇ ਕਾਮ ਦੀ ਹੈ, ਕਿਧਰੇ ਕ੍ਰੋਧ ਦੀ ਹੈ, ਕਿਸੇ ਦੇ ਲੋਭ ਮੋਹ ਹੰਕਾਰ ਦੀ ਹੈ। ਜਦੋਂ ਸੰਤ ਸਾਨੂੰ ਉਪਦੇਸ਼ ਕਰਦੇ ਹੈ, ਉਦੋਂ ਸਾਡੇ ਮਨ ਦੇ ਘਰ ਸਿਆਪਾ ਪੈ ਜਾਂਦਾ ਹੈ ਕਿ ਹੁਣ ਸਾਨੂੰ ਕੈਦ ਹੋਣਾ ਪਏਗਾ। ਇਹ ਸਾਥੋਂ ਫਿਰ ਨਿੰਦਿਆ ਕਰਾਉਂਦਾ ਐਸੇ ਮਹਾਤਮਾ ਦੀ। ਅਸੀਂ ਐਸੀਆਂ ਐਸੀਆਂ ਨਿੰਦਿਆ ਕਰਦੇ ਹਾਂ ਕਿ ਜਿਹੜੀਆਂ ਸੁਣੀਆਂ ਵੀ ਨਹੀਂ ਜਾਂਦੀਆਂ ਗੀਆਂ, ਕਰਦਿਆਂ ਵੀ ਸ਼ਰਮ ਆਉਂਦੀ। ਅਸੀਂ ਕਹਿੰਦੇ ਹਾਂ ਕਿ ਉਹ ਤਾਂ ਸੰਤ ਜਿਹੜੇ ਸਤਸੰਗ ਕਰਦੇ ਆ, ਪਖੰਡ ਬਣਾਇਆ ਹੋਇਆ ਉਹਨਾਂ ਦਾ, ਤਾਂ ਉੱਥੇ ਆਹ ਹੁੰਦਾ, ਅਸੀਂ ਇਸੇ ਵਾਸਤੇ ਜਾਂਦੇ ਨਹੀਂ। ਹਾਲਾਂਕਿ ਮਹਾਤਮਾ ਦੇ ਸਤਸੰਗ ਦੇ ਅੰਦਰ ਜਿੰਨੀ ਇੱਕ ਮਰਦ ਦੀ ਇੱਜ਼ਤ ਆ ਉਨੀ ਇੱਕ ਔਰਤ ਦੀ ਹੈ, ਜਿੰਨੀ ਔਰਤ ਦੀ ਉਨੀ ਇੱਕ ਮਰਦ ਦੀ ਹੈ, ਜਿੰਨੀ ਇੱਕ ਗਰੀਬ ਦੀ ਹੈ ਉਨੀ ਅਮੀਰ ਦੀ ਵੀ ਹੈ, ਜਿੰਨੀ ਅਮੀਰ ਦੀ ਉਨੀ ਇੱਕ ਗਰੀਬ ਦੀ ਹੈ। ਸੋ ਇਸ ਵਾਸਤੇ ਅਸੀਂ ਜਦੋਂ ਉਹਨਾਂ ਦੀ ਨਿੰਦਿਆ ਕਰਦੇ ਹਾਂ ਤਾਂ ਉਹ ਕੁਦਰਤ ਦਾ ਕਾਨੂੰਨ ਹੈ ਜਿਹੜਾ, ਉਹ ਮਾਫ ਨਹੀਂ ਸਾਨੂੰ ਕਰਦਾ ਗਾ। ਉਹ ਫਿਰ ਕੀ ਕਰਦਾ ਹੈ, ਸਾਨੂੰ ਨਰਕ ਵਿੱਚ ਪਾ ਦਿੰਦਾ ਹੈ। ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੁਖਮਨੀ ਸਾਹਿਬ ਪੜ੍ਹ ਕੇ ਦੇਖ ਲਓ, ਉਹ ਕੀ ਕਹਿੰਦੇ ਹੈ ਕਿ ਸੰਤ ਕੀ ਨਿੰਦਿਆ ਨਾਨਕਾ, ਬਹੁਰ ਬਹੁਰ ਅਵਤਾਰ, ਕਿ ਬਹੁਰ ਬਹੁਰ ਸਨ ਜੂਨੀਆਂ, ਕਦੇ ਘੋੜਾ, ਕਦੇ ਗਧਾ, ਕਦੇ ਕੁੱਤਾ, ਕਦੇ ਸੱਪ ਬਣਨਾ ਪਏਗਾ। ਤੁਸੀਂ ਉਹ ਅਸ਼ਟਪਦੀ ਨੂੰ ਪੜ੍ਹ ਕੇ ਦੇਖੋ ਕਿ ਕਿੰਨਾ ਉਹਦੇ ਵਿੱਚ ਨਿੰਦਿਆ ਕਰਨ ਵਾਲੇ ਨੂੰ ਬੁਰਾ ਕਿਹਾ ਗਿਆ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਉਹਨਾਂ ਲੋਕਾਂ ਦਾ ਕਿਉਂ ਇਹ ਹੱਲ ਹੋ ਜਾਂਦਾ ਹੈ, ਸਿਰਫ ਉਹ ਲੋਕ ਭਜਨ ਨਹੀਂ ਕਰਦੇ ਗੇ। ਅਗਰ ਭਜਨ ਕਰਦੇ ਹੋਣ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਸੰਤ ਦੇ ਅੰਦਰ ਸਾਡੇ ਵਾਸਤੇ ਵੀ ਕਿੰਨਾ ਪਿਆਰ ਹੈ। ਹਿੱਤ ਕਰ ਸੰਤ ਉਹਨੇ ਸਮਝਾਵੇ, ਯੇ ਮਾਨੇ ਨਹੀਂ ਮਾਨੇ ਆਨ। ਸਾਡੇ ਸਤਿਗੁਰੂ ਮਹਾਰਾਜ ਸਾਵਣ ਦੇ ਅੱਗੇ ਕੁਛ ਗਰਮ ਲੋਕਾਂ ਨੇ ਧਾਰਮਿਕ ਜਗ੍ਹਾ ਬਣਾ ਕੇ ਉਹਨਾਂ ਦਾ ਵਿਰੋਧ ਕਰਦੇ ਰਹੇ, ਲੇਕਿਨ ਉਸ ਸ਼ਾਂਤੀ ਦੇ ਪੁੰਜ ਸਨ। ਫਿਰ ਵੀ ਉਹਨਾਂ ਨੂੰ ਕਹਿੰਦੇ, ਦੇਖੋ ਬਈ ਤੁਹਾਨੂੰ ਖਾਣੇ ਤੋਂ ਤਕਲੀਫ ਹੁੰਦੀ ਹੋਊਗੀ, ਇਹ ਗੁਰੂ ਦਾ ਲੰਗਰ ਹੈ, ਤੁਸੀਂ ਇੱਥੇ ਖਾਣਾ ਖਾ ਲਿਆ ਕਰੋ। ਸੋ ਇਸ ਵਾਸਤੇ ਸੰਤ ਮਹਾਤਮਾ ਫਿਰ ਵੀ ਸਾਨੂੰ ਗਲੇ ਲਾਉਂਦੇ ਆ, ਸਾਡੇ ਤੇ ਰਹਿਮ ਕਰਦੇ ਹੈ। ਹਾਂ ਬਾਈ, ਸੰਤਨ ਸਾਥ ਵਿਰੋਧ ਬੜਾਵੇ, ਉਲਟੀ ਬਾਤ ਕਹੇਂ, ਸਤਸੰਗ ਮਹਿਮਾ ਮੂਲ ਨਾ ਜਾਣੇ, ਪੇਡ ਚਾਲ ਮੇਂ ਨੇਤ ਪਚੈਂ। ਐਸੇ ਲੋਕ ਜਿਹੜੇ ਭਜਨ ਸਿਮਰ ਨਹੀਂ ਕਰਦੇ ਗੇ, ਇਹਨਾਂ ਲੋਕਾਂ ਨੂੰ ਸਤਸੰਗ ਦੀ ਮਹਿਮਾ ਦਾ ਹੀ ਗਿਆਨ ਨਹੀਂ ਗਾ ਵੀ ਸਤਸੰਗ ਦਾ ਮਤਲਬ ਕੀ ਹੈ। ਸਤਸੰਗ ਕਿਸੇ ਕਮਾਈ ਵਾਲੇ ਮਹਾਤਮਾ ਦੀ ਸੰਗਤ ਨੂੰ ਸਤਸੰਗ ਕਿਹਾ ਹੈ, ਜਿੱਥੇ ਚਾਰ ਸਮਾਜਿਕ ਆਦਮੀ ਇਕੱਠੇ ਹੁੰਦੇ ਹੈ, ਜਾਂ ਇੱਕ ਸਮਾਜ ਦੂਸਰੇ ਨੂੰ ਗਾਲੀਆਂ ਕੱਢਦਾ ਹੈ, ਜਾਂ ਲੋਕਾਂ ਤੋਂ ਉਗਰਾਹੀ ਕਰੀ ਜਾਂਦੀ ਹੈ, ਉਹਨੂੰ ਮਹਾਤਮਾ ਸਤਸੰਗ ਨਹੀਂ ਕਹਿੰਦੇ ਗਏ। ਮਹਾਤਮਾ ਖੁਦ ਦਸਾਂ ਨਹੁੰਾਂ ਦੀ ਕਿਰਤ ਕਰਕੇ ਆਪਣਾ ਪੇਟ ਪਾਲਦਾ ਹੈ। ਅਗਰ ਕੋਈ ਮੁਫਤ ਦਾ ਸੇਵਕ ਹੈ ਤਾਂ ਉਹ ਐਸਾ ਮਹਾਤਮਾ ਕਮਾਈ ਵਾਲਾ ਹੈ। ਲੰਗਰ ਸੰਗਤ ਦਾ ਹੁੰਦਾ ਹੈ, ਸੰਗਤ ਵਾਸਤੇ ਹੁੰਦਾ ਹੈ। ਇਹਦੇ ਵਿੱਚ ਮਹਾਤਮਾ ਵੀ ਆਪਣੀ ਦਸਾਂ ਨਹੁੰਾਂ ਦੀ ਕਿਰਤ ਪਾਉਂਦਾ ਹੈ। ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਦੇਖੋ ਕੀ ਕਹਿੰਦੇ ਹੈ, ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀ ਪਾਏ, ਖਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿਹੜਾ ਖੁਦ ਦਸਾਂ ਨਹੁੰਾਂ ਦੀ ਕਿਰਤ ਕਰਕੇ ਲੰਗਰ ਵਿੱਚ ਪਾਉਂਦਾ ਹੈ, ਉਸ ਵਾਸਤੇ ਪਰਮਾਤਮਾ ਰਸਤਾ ਖੋਲਦਾ ਹੈ। ਉਹਦਾ ਬੂਹਾ ਐਡਾ ਸੌਖਾ ਨਹੀਂ ਜਿੱਡਾ ਅਸੀਂ ਸਮਝਦੇ ਹਾਂ। ਸੋ ਆਪ ਪਿਆਰ ਨਾਲ ਕਹਿੰਦੇ ਹੈ, ਸਤਸੰਗ ਮਹਿਮਾ ਬੋਲਣਾ, ਉਹਨਾਂ ਲੋਕਾਂ ਨੂੰ ਸਤਸੰਗ ਦੀ ਮਹਿਮਾ ਦਾ ਗਿਆਨ ਨਹੀਂ ਕਿ ਸਤਸੰਗ ਕਹਿੰਦੇ ਕਾਸ ਨੂੰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਉ। ਜਿਸ ਦਾ ਸਤਿਪੁਰਸ਼ ਨਾਲ ਮਿਲਾਪ ਹੋ ਗਿਆ, ਜੋ ਸਤਿਪੁਰਸ਼ ਨਾਲ ਮਿਲ ਕੇ ਸਤਿਪੁਰਸ਼ ਦਾ ਰੂਪ ਹੀ ਹੋ ਗਿਆ ਹੈ, ਕਹਿਣ ਲੱਗੇ ਉਹਨੂੰ ਅਸੀਂ ਸਤਿਗੁਰੂ ਕਹਿ ਲਈਏ,
संत कह लिए, परम संत कह लिए, या जो मापिया ने नाम रखे वो दे लिए, कोई फर्क नहीं पैंदा गा। तो ऐसे महात्मा की संगत नु ही सत्संग किया गया है। तिसका संग सिख उधरे, साड़ी आत्मा का उदार ऐसे महात्मा की सत्संग विच जाके हुंदा है। उत्थे साड़ा पुलड़ मन जो है शांति पकड़ता है। सो इस वास्ते उन्होंने लोगों नु सत्संग का ही पता नहीं कि सत्संग कहिंदे कास नु है। सो असी जिथे आम लोग इकट्ठे हुंदे है असी उस जगह नु भी सत्संग कहने हैं, जिथे गालियां कढ़दे एक दूजे नु उहनू भी सत्संग कहने हैं। नहीं, महात्मा के सत्संग के अंदर कदे निंदा नहीं हुंदी, कदे किसे दी बुराई नहीं कीती जांदी गी। इत्थे तां सब नू इही कहा जांदा है कि भई अपना आप सुधार करो। संत मत का असूल यह है, ना यह कोई समाज है, ना यह कोई किसी किस्म का यह कोई मजहब है, ना मजहब की ट्रेनिंग दी जाती है। संत मत का मतलब है कि अपने आप का सुधार करना। अपने आप का असीं कदों सुधार करते हैं? जो शब्द नाम की कमाई करते हैं, क्योंकि साडे जिहड़े ऐब है, साडे जिहड़ियां कमियां हन, गलतियां हन, वह सानू दो किस्म के इंसान दस सकते हैं। या तो साडे विरोधी कहिंदे वी तुहाडे विच इह ऐब है, तो साडा फर्ज बनता है बजाय गुस्सा करन दे उस ऐब नू छड्ड दईए। तो महात्मा कहानी पा के कह दिंदे है साडा हक बनता है जो सानू साडे ऐब दा ही पता लग गया, कमी का पता लग्या कि साडे अंदर एक कमी है, तो उहनू छड्ड दिओ, साडा फायदा है। इसे वास्ते संता ने कहा है, निंदक जीवे जुगन जुग, काम हमारा होए, काम हमारा होए बिना कौड़ी को चाकर, लक बन के फिरे करे तन लोक उजागर, उसे हमारी सोच पलक पर नहे वसारे, लगा रहे दिन रात प्रेम से देता गारी। सो इस वास्ते आप प्यार दे नाल कहिंदे है कि उनु सोच है, बल्कि महात्मा कहिंदे जो आ जुग जिउंदा रहे उहदा भला होवे, सानू उहने ऐब दस दित्ता, कमी दस दित्ती। सो इस वास्ते सत्संग महिमा मूल, ऐसे लोग जिहड़े भजन सिमरन नहीं करदे गे उहनां नू सत्संग दी महिमा दा ज्ञान नहीं कि सत्संग कास नू कहिंदे है। जी, सत्संग महिमा मूल न जाने, पेड़ चाल में नेत पचे, ताने और माने पोग रस चाही, रोग सोग में आन फसे। और आप प्यार दे नाल कह देंदे है असी कादी खातर जाने हैं। कोई महाराज सावण कहिंदे हुंदे सी, जिहड़े लोग संतां पास आके इह कहिंदे है कि मेरी बीमारी दूर होवे, मेरी बेरुजगारी दूर होवे और मेरा मुकदमा फतेह होवे, उह कहिंदे हुंदे सी कि उह लोग अपने घरे बैठे रहन, उन्हां नूं तशरीफ ना ही लिआउण ते अच्छा है। क्यों बई, संतां दी दुकान ते नाम है, अपने जीवन नूं बनाउणा है। जो कम असी पिछले जामे च कर नहीं सके, शब्द नाम की कमाई करनी है, संतां दी दुकान ते तां इह है। सो इस वास्ते आप प्यार नाल कहिंदे है, जां साडियां ऐसियां चीजां पूरियां नहीं हुंदियां साडे अंदर, फिर अभाव आ जांदा है। क्योंकि असी दुनियादार, सानू पता ही है कि राजस्थान दे अंदर कुछ साल होए किसी ने कह दिता कि फलाने थां एक फंग लाउंदा है, किसे प्रकार की कोई बीमारी है, चाहे वह अखां तो अन्ना है, चाहे कोई लूला है, वो ठीक हो जाता है। तो सानू पता ही है कि राजस्थान के अंदर मेरा ख्याल है कोई भाग वाला ही होएगा जिहड़ा उधर नहीं खर्चा करके आया होएगा। बड़े बड़े जिहड़े अपने आप नू विश्वास वाले सत्संगी कहाउंदे सी वह भी लंघे। कई महाराज सावण सिंह दे नाम लेवा भी मेरे नाल आके बहस करन लगे कि जी साडे पिंडो गया सीगा बई उहदियां लत्तां ठीक हो गईयां। मैं आख्या मैं उस नूं जाणदा हां, मेरे पिंड दे भी इक दियां लत्तां है नहीं सीगियां, 77-78 मैं रहिंदा सीगा, तो एक दे गले विच कुछ सी। हालांकि उह महात्मा विचारा सारी जिंदगी कपड़े ला के रंगी फिरिया है, वह भी उठ गए।
ਕਿਸੇ ਨੇ ਕਿਹਾ ਕਿ ਤੁਸੀਂ ਇਹ ਖਰੋੜੀਆਂ ਉੱਥੇ ਸਿੱਟ ਆਉਂਦੇ ਨਾ ਤੇ ਤੁਸੀਂ ਠੀਕ ਹੋ ਜਾਂਦੇ, ਤੁਸੀਂ ਨਾਲ ਲੈ ਆਏ ਉਹ ਦੁਬਾਰੇ ਫੇਰ ਕੇ ਉੱਥੇ ਸਿੱਟ ਕੇ ਆਏ। ਹੁਣ ਸਾਡੀ ਇਹ ਹਾਲਤ ਹੈ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ ਕਿ ਸਾਨੂੰ ਹਿੰਦੁਸਤਾਨੀਆਂ ਨੂੰ ਕੋਈ ਇਹ ਕਹਿ ਦੇਵੇ ਕਿ ਵੀ ਅਮਰੀਕਾ ਚ ਮੁਫ਼ਤ ਜ਼ਮੀਨਾਂ ਮਿਲਦੀਆਂ, ਸਾਰੇ ਭੱਜ ਜਾਵਾਂਗੇ। ਆਪਣੀ ਆਤਮਾ ਵਾਸਤੇ ਅਸੀਂ ਕਦੇ ਸੋਚਦੇ ਹਾਂ? ਆਤਮਾ ਵਾਸਤੇ ਉਹ ਸੋਚਦੇ ਜਿਹੜੇ ਭਜਨ ਸਿਮਰਨ ਕਰਦੇ ਹੈ, ਜਿਹੜੇ ਭਜਨ ਕਰਦੇ ਉਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਮੈਨੂੰ ਆ ਕੇ ਕਹਿੰਦੇ ਹੈ ਕਿ ਬਾਬਾ ਜੀ ਮੇਰਾ ਭਜਨ ਤੇ ਅਸਰ ਹੋ ਗਿਆ। ਪਹਿਲਾਂ ਤਾਂ ਮੈਂ ਅੰਦਰ ਸਭ ਕੁਛ ਦੇਖਦਾ ਸੀਗਾ, ਹੁਣ ਪੜਦਾ ਪੈਂਦਾ ਜਾਂਦਾ ਹੈ। ਉਹਨੂੰ ਪਿਆਰ ਨਾਲ ਸਮਝਾਈਦਾ ਕਿ ਬੇਟਾ ਦੇਖ, ਦੁਨੀਆਂ ਦੀ ਸੋਚ ਕੰਮ ਕਰ, ਔਰ ਟਾਈਮ ਜ਼ਿਆਦੇ ਦੇ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਇਹ ਲੋਕ ਜਿਹੜੇ ਹੈ ਆਪਦੀ ਆਤਮਾ ਦੇ ਵਾਸਤੇ ਕੁਛ ਨਹੀਂ ਸੋਚਦੇਗੇ ਕਿਉਂਕਿ ਭਜਨ ਨਹੀਂ ਕਰਦੇਗੇ। ਹਾਂ ਬਾਈ, ਤਾਨੇ ਔਰ ਮਾਨ ਭੋਗ ਰਸ ਚਾਹੀ ਰੋਗ ਸੋਗ ਮੇ ਆਨ ਫਸੇ ਪਾਗਹੀਨ ਮਤ ਹੀਨ ਪਰਾਨੀ ਨਰ ਦੇਹੀ ਬਰਬਾਦ ਕਰੇ। ਐਸੇ ਲੋਕ ਕਿਹਦੇ ਭਾਗ ਲਿਆਉਣ? ਉਹ ਆਪਣੇ ਨੁਕਸਾਨ ਕਰਦੇ ਹੈ। ਸਵਾਮੀ ਜੀ ਮਹਾਰਾਜ ਨੇ ਕਿਹਾ ਕਿ ਆਪਣੇ ਜੀਵ ਕੀ ਦਇਆ ਪਾਲੋ, 84 ਤੇ ਫੇਰ ਬਚਾਲੋ। ਨੇਕ ਬਣਨਾ, ਭਜਨ ਸਿਮਰਨ ਕਰਨਾ ਕੋਈ ਅਸੀਂ ਕਿਸੇ ਤੇ ਆਸਾਨ ਨਹੀਂ ਕਰਨਾ ਗਾ, ਇਹ ਆਪਣੇ ਤੇ ਦਇਆ ਕਰ ਰਹੇ ਹੈ। ਗੁਰੂ ਅਰਜਨ ਦੇਵ ਦਾ ਤੁਸੀਂ 12 ਮਹਾ ਪੜ੍ਹਦੇ ਹੋ, ਉਹਦੇ ਵਿੱਚ ਪੜ੍ਹਦੇ ਹੋ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦਾ ਪੁੰਨ ਤੁਹਾਨੂੰ ਉਸ ਵੇਲੇ ਮਿਲ ਜਾਏਗਾ ਜਦ ਤੁਸੀਂ ਜੀ ਤੇ ਆਪਣੇ ਜੀ ਤੇ ਦਇਆ ਕਰੋਗੇ, ਤਦ ਹੀ ਦੂਸਰੇ ਤੇ ਕਰ ਸਕਦੇ ਹੋ। ਜੇ ਆਪਣਾ ਜੀਵ ਤੇ ਤਾਂ ਅਸੀਂ ਦਇਆ ਨਹੀਂ ਕਰਦੇ, ਲੋਕਾਂ ਦੇ ਉੱਤੇ ਅਸੀਂ ਦਇਆ ਕਰਦੇ ਫਿਰਦੇ ਹਾਂ, ਤਾਂ ਤੁਸੀਂ ਖੁਦ ਸੋਚ ਕੇ ਦੇਖ ਲਓ, ਜਿਹਦਾ ਆਪਦਾ ਘਰ ਜਲਦਾ ਹੈ ਉਹ ਦੂਸਰਿਆਂ ਦੇ ਘਰੇ ਬਖਾਲਾਂ ਲਈ ਫਿਰੇ ਪਾਣੀ ਦੀਆਂ, ਕੀ ਸ਼ੋਭਾ ਪਾਏਗਾ? ਤੋ ਆਪ ਪਿਆਰ ਨਾਲ ਕਹਿੰਦੇ ਹੈ ਕਿ ਤੁਸੀਂ ਆਪਦੇ ਜੀਵ ਦੀ ਦਇਆ ਪਾਲੋ। ਐਸੇ ਲੋਕ ਜਿਹੜੇ ਭਜਨ ਨਹੀਂ ਕਰਦੇ ਗੇ, ਜੋ ਪਰਮਾਤਮਾ ਨੇ ਸਾਨੂੰ ਤੋਹਫਾ ਦਿੱਤਾ ਇਨਸਾਨ ਦੇ ਜਾਮੇ ਦਾ, ਉਸ ਨੂੰ ਹੱਥੋਂ ਖੋ ਜਾਂਦੇ ਹੈ। ਗੁਰੂ ਸਾਹਿਬ ਨੇ ਕਿਹਾ ਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਦੁਨੀਆ ਦੀ ਮਾਨ ਵਡਿਆਈ ਵਿਸ਼ੇ ਬਕਾਰ ਕੌਡੀਆਂ ਹਨ। ਇਨਸਾਨ ਦਾ ਜਾਮਾ ਹੀਰਾ, ਕਿਉਂਕਿ ਦੁਨੀਆਂ ਚ ਹੀਰਾ ਕੀਮਤੀ ਗਿਣਦੇ ਹੈ, ਕਹਿੰਦੇ ਹੀਰੇ ਜੈਸਾ ਜਨਮ ਹੈ ਜੀ। ਪਾਗਹੀਨ ਮਤ ਹੀਨ ਪਰਾਨੀ ਨਰ ਦੇਹੀ ਬਰਬਾਦ ਕਰੇ ਐਸੀ ਦਸ਼ਾ ਮਹੇ ਨਿਤ ਬਰਤੈ ਹਮ ਕਿਉਂ ਕਰ ਸਮਝਾਏ ਸਕੇ। ਜਿਨ੍ਹਾਂ ਦੀ ਇਹ ਹਾਲਤ ਹੈ, ਸੰਤ ਕਹਿੰਦੇ ਅਸੀਂ ਉਹਨਾਂ ਨੂੰ ਜਿੰਨੇ ਮਰਜ਼ੀ ਸਤਸੰਗ ਸੁਣਾ ਦਈਏ ਉਹ ਸਮਝ ਕਿਸ ਤਰ੍ਹਾਂ ਸਕਦੇ ਹੈ? ਜਿਹੜਾ ਖੁਦ ਆਪਣੇ ਤੇ ਦਇਆ ਕਰੇਗਾ, ਖੁਦ ਸਮਝਣਾ ਚਾਹੇਗਾ, ਉਸੇ ਨੂੰ ਸਮਝਾ ਸਕਦੇ ਹੈ ਜੀ। ਐਸੀ ਦਸ਼ਾ ਮਹੀ ਨਿਤ ਬਰਤੈ ਹਮ ਕਿਉਂ ਕਰ ਸਮਝਾਏ ਸਕੇ ਸਾਧ ਗੁਰੂ ਕਾ ਕਹਾ ਨ ਮਾਨੇ ਮਨ ਮਤ ਆਪਣੀ ਥਾਨ ਠਨੇ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਸੰਤ ਗੁਰੂਆਂ ਦਾ ਕੌਣ ਕਿਹਾ ਮੰਨੇਗਾ ਬਈ, ਜਿਹੜੇ ਭਜਨ ਕਰਦੇ ਹੈ ਉਹਨਾਂ ਨੂੰ ਪਤਾ ਹੁੰਦਾ ਹੈ। ਅਮਰੀਕਾ ਦੀ ਕਹਾਵਤ ਹੈ ਕਿ ਕਿਸੇ ਦਰਖਤ ਦਾ ਫਲ ਖਾਣ ਨਾਲ ਉਹਦੇ ਸਵਾਦ ਦਾ ਪਤਾ ਲੱਗਦਾ ਹੈ, ਦਰਖਤ ਦਾ ਪਤਾ ਲੱਗਦਾ ਹੈ। ਸੋ ਭਜਨ ਕਰਨ ਨਾਲ ਹੀ ਪਤਾ ਲੱਗਦਾ ਹੈ ਕਿਸੇ ਸੰਤ ਦੀ ਤਾਕਤ ਦਾ। ਮੈਂ ਦੱਸਦਾ ਹੁੰਦਾ ਹੈ ਕਿ ਬਾਹਰ ਦੇਖਣ 'ਚ ਤਾਂ ਉਹ ਸਾਡੇ ਵਰਗਾ ਹੀ ਇਨਸਾਨ ਹੈ, ਵੱਧ ਤੋਂ ਵੱਧ ਅਸੀਂ ਨੇਕ ਇਨਸਾਨ ਕਹਿ ਦਿਆਂਗੇ। ਜਦ ਅਸੀਂ
नौ द्वारे खाली करके सूर्य चंद्रमा सितारे पार करके ओदे स्वरूप नू अंदर प्रगट करते हैं, अंदरले मंडला च ओदे नाल चढ़ते हैं, फिर पता लगता है महात्मा की ताकत का या महात्मा दे की चीज है। कुगियां गिटारा नू नहीं पता कि कुंजा किस देश विचों आउंदियां हन। संतां दी महिमा संत ही जानते हैं। तुलसी साहब ने कहा सी, जे कोई कहे संत को चीना, तुलसी हाथ कान पै दीना। तो बाहर आके बड़ा छोटा जा जीवन बतीत करते हैं। सो इस वास्ते आप प्यार ना कहते हैं, जेड़े भजन सिमरन करते हैं वो संतां दी बात नू समझते हैं। उन्हां दे भाव दा तां उन्हां दे मूंह चो लफ्ज निकलिया एक हदीश बन जाती है। और उन्हां नू पता है कि उन्हां दे किन्ने पवित्र चरण है, उन्हां दे किन्ने पवित्र बोल हन। गुरु गोबिंद सिंह दे अगे संगत तां काफी सी, लेकिन जिहड़ा भाई नंद लाल सी वह अंदर जांदा सीगा। उन्हें कहा, तेरी एक नज़र है मेरा जिंदगी का सवाल है। उन्हें समझ सी भी इहदी अख विच की है। साध गुरु का न माने, मन मत अपनी ठान ठने, खरे कुकर सम वे नर जानो, बिर था उधर परे। और गुरु साहब प्यार ना कहते हैं कि जिमें गधे कुत्ते पेट भर के पै रहे हैं, उस तरह ही वह है। कबीर साहब ने कहा सीगा कि पशु कड़ंता नर कड़ा, चूक गया सिंह पूछ, अकल बोही हैवान के बिना सिंह बिन पूछ। के भगवान ने बड़ी गलती, ब्रह्मा ने बड़ी गलती की थी। कड़नता पशु लग्या सी, लेकिन कड़त इंसान की कर दिती है। लौने तो पूछ ते सिंह सन, लेकिन लाती दाढ़ी ते मुछा। गुरु नानक देव जी महाराज कहिंदे, करतूत पशु की मानस जात, लोग विचारा करे दिन रात। जो साड़ियां पशुओं वाली करतूत होंदियां हन, उदों संत सानू इस तरह के लफ्ज कहिंदे है, नहीं तो की लोड़ है। महात्मा चतरदास ने कहा सीगा, रहे प्याज वेच दे मुढ़ों की जानन कस्तूरी। जेड़े सारी जिंदगी प्याज वेचते है उन्होंने कस्तूरी का की ज्ञान है। जिन्होंने सारी जिंदगी दुशाले ओढ़े होंगे है उन्होंने भूरी की भूरी ओढ़े है, मोटे मोटे कंबल ओढ़े है उन्होंने भूरिया जड़िया अच्छिया बनिया हैं पश्मीने दिया, उसकी की कदर है। तो काग जड़ा है ये विशे बकारा से खुश रहा है। तो कहते इन्होंने चूरी चंगी नहीं लगती गी। भाई गुरदास ने कहा सीगा, अत सियाणा कौं ते गूं ग्रास है। तो चतरदास गल कहनी पैंदी आखर हो मजबूरी, कहिंदे जी नहीं करदा गा। यही गुरु साहिब प्यार नाल कहिंदे, खर कूकर संभे नर जानो, बिरथा उधर परे। खा लिया पै गए, मन ने कहा विशे भोग ले, शराबा कबाबा नूं तुर पे। हीरे जैसा जन्म सी जिहड़ा अमोलक, वह अवसर जिहड़ा दित्ता सी परमात्मा ने, वह खो गए जी। खारे कुकर सम वे नर जानो, बिर था उधर परे। जमपुर जाए बहुत पछतावे, वहां फिर उनकी कौन सुने। इत्थे तां हुण जो मन विच आया वो कीता, जम पकड़ लेंदे है, नरका च पांदे है। जिस तरह कोई कतल करदा है
ਉਸ ਵੇਲੇ ਬੰਦਾ ਹੋਸ਼ ਵਾਸ਼ ਗਵਾ ਲੈਂਦਾ ਹੈ, ਸੋਚਦਾ ਹੈ ਕਿ ਮੈਨੂੰ ਕਿਹੜਾ ਕਿਸੇ ਨੇ ਪੁੱਛਣਾ ਹੈ, ਲੇਕਿਨ ਉਹ ਕੁਛ ਚਿਰ ਹੀ ਆਪਣੇ ਆਪ ਨੂੰ ਆਜ਼ਾਦ ਸਮਝਦਾ ਹੈ। ਥੋੜੇ ਟਾਈਮ ਬਾਅਦ ਜਦ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ, ਉਹ ਆ ਕੇ ਹੱਥਕੜੀਆਂ ਲਾ ਲੈਂਦੇ ਹੈ, ਜਿਹੜਾ ਪਿਛਲਾ ਰੰਗ ਹੁੰਦਾ ਸਾਰਾ ਉੱਡ ਜਾਂਦਾ ਹੈ। ਸੋ ਇਹੀ ਹਾਲਤ, ਜੰਪੁਰ ਜਾਏ ਬਹੁਤ ਪਛਤਾਵੇ, ਵਹਾਂ ਫਿਰ ਉਨਕੀ ਕੌਣ ਸੁਣੇ। ਅਗਰ ਕੋਈ ਮੈਜਿਸਟ੍ਰੇਟ ਜਦ ਸਜ਼ਾ ਸੁਣਾਉਂਦਾ ਹੈ, ਉੱਥੇ ਜਾ ਕੇ ਬੇਨਤੀ ਕਰੇ ਕਿ ਮਹਾਰਾਜ ਮੈਨੂੰ ਬਖਸ਼ ਲਓ, ਉਹ ਕਹਿੰਦਾ ਦੇਖ ਬਈ ਆ ਪਿਛਲਾ ਤਾਂ ਭੋਗ ਲੈ, ਅੱਗੇ ਨੂੰ ਨਾ ਕਰੀ। ਸੋ ਇਹ ਸਵਾਮੀ ਜੀ ਮਹਾਰਾਜ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਜਿਹੜੇ ਭਜਨ ਨਹੀਂ ਕਰਦੇ, ਇਹ ਹਾਲਤ ਉਹਨਾਂ ਦੀ ਹੈ ਜੀ। ਜਮਪੁਰ ਜਾਏ ਬਹੁਤ ਪਛਤਾਵੀ, ਵਾਂ ਫਿਰ ਉਨਕੀ ਕੌਣ ਸੁਨੇ, ਜਨਮ ਜਨਮ ਚੌਰਾਸੀ ਪੋਗੇ, ਇਹ ਸਰੀਰ ਫਿਰ ਨਹੀਂ ਤਰੇ। ਥੋੜਾ ਪਿਆਰ ਨਾਲ ਕਹਿੰਦੇ ਹੈ, ਪਹਿਲਾਂ ਇਹ ਦਰਖਤਾਂ ਦੇ ਜਾਮੇ ਵਿੱਚ ਆਉਂਦਾ ਹੈ, ਫਿਰ ਕੀੜਿਆਂ ਦੇ ਜਾਮੇ ਵਿੱਚ ਆਉਂਦਾ ਹੈ, ਫਿਰ ਪੰਛੀਆਂ ਦੇ ਜਾਮੇ ਵਿੱਚ ਆਉਂਦਾ ਹੈ, ਫਿਰ ਇਹ ਇਨਸਾਨ ਦੇ ਜਾਮੇ ਵਿੱਚ ਆਉਂਦਾ ਹੈ, ਭੂਤ ਪ੍ਰੇਤ ਦੇ ਜਾਮੇ ਵਿੱਚ ਆਉਂਦਾ ਹੈ। ਸਿਰਫ ਇਨਸਾਨ ਦਾ ਤਨ ਨਹੀਂ ਮਿਲਦਾ ਗਾ, ਬਾਕੀ ਤਨ ਮਿਲਦੇ ਹੈ। ਸੋ ਇਸ ਵਾਸਤੇ ਆਪ ਕਹਿੰਦੇ ਇਹ ਸਰੀਰ ਫਿਰ ਨਾ ਇਤਰੇ ਜੀ। ਜਨਮ ਜਨਮ ਚੌਰਾਸੀ ਪੋਗੇ, ਇਹ ਸਰੀਰ ਫਿਰ ਨਹੀਂ ਤਰੇ, ਦੁਰਲਭ ਦੇਹ ਮਿਲੀ ਇਹ ਅਵਸਰ, ਐਸੀ ਕਰ ਜੋ ਬਾਤ ਬਨੇ। ਥੋੜਾ ਪਿਆਰ ਨਾਲ ਕਹਿੰਦੇ ਹੈ ਕਿ ਇਹ ਦੁਰਲਭ ਹੈ ਜਿਹੜਾ ਪਰਮਾਤਮਾ ਨੇ ਮੌਕਾ ਦਿੱਤਾ ਹੈ, ਇਹ ਹੀਰਾ ਬਖਸ਼ਿਆ ਹੈ, ਇਹਦੇ ਵਿੱਚ ਉਹ ਸੋਚ ਉਹ ਪਾਉ ਕਰ ਜਿਹਦੇ ਨਾਲ ਜੋ ਜਨਮਾਂ ਜਨਮਾਂ ਦੀ ਉਸ ਪਰਮਾਤਮਾ ਨਾਲ ਵਿਗੜ ਚੁੱਕੀ ਹੈ, ਉਹਦੇ ਨਾਲ ਸਾਡੀ ਬਣ ਜਾਵੇ। ਹੁਣ ਉਹਦਾ ਨਾ ਕਿਸ ਤਰ੍ਹਾਂ ਬਣਾਉਣੀ ਹੈ, ਇਹ ਸਾਨੂੰ ਸੰਤ ਸਤਿਗੁਰਾਂ ਦੇ ਸਤਸੰਗ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਅਸੀਂ ਉਹਦੇ ਨਾਲ ਜੁੜਨਾ ਹੈ, ਕਿਸ ਤਰ੍ਹਾਂ ਆਪਦੀ ਭੁੱਲ ਬਖਸ਼ਾਉਣੀ ਹੈ ਜੀ। ਦੁਰਲਭ ਦੇਹ ਮਿਲੀ ਇਹ ਅਵਸਰ, ਐਸੀ ਕਰ ਜੋ ਬਾਤ ਬਨੇ, ਸਤ ਗੁਰ ਸ਼ਰਨ ਪਕੜ ਲੇ ਅਬ ਕੀ, ਸਭ ਕਾਜ ਸਰੇ। ਬੜਾ ਪਿਆਰ ਨਾਲ ਕਹਿੰਦੇ ਹੈ ਕੀ ਕਰ, ਕਿਸੇ ਮਹਾਤਮਾ ਦੀ ਸੰਗਤ ਰਸੁਭ ਦੇ ਵਿੱਚ ਜਾ, ਤੇਰੀ ਵਿਗੜੀ ਜਿਹੜੀ ਹੈ ਫੇਰ ਹੀ ਬਣੇਗੀ। ਗੁਰੂ ਅਮਰਦੇਵ ਜੀ ਮਹਾਰਾਜ ਨੇ ਕਿਹਾ ਹੈ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਫੇਰ ਮੁਕਤ ਪਾਏ ਲੱਗ ਚਰਨੀ ਸਤਿਗੁਰ ਸ਼ਬਦ ਸੁਣਾਵੈ। ਤੋ ਆਪ ਪਿਆਰ ਨਾਲ ਕਹਿੰਦੇ ਹੈ ਜਿੰਨੀਆਂ ਜੂਨਾਂ ਚ ਭਰਾਵਾ ਤੇਰੀ ਮਰਜ਼ੀ ਹੈ ਚੱਕਰ ਲਾਇਆ, ਮੁਕਤੀ ਫੇਰ ਤੈਨੂੰ ਸ਼ਬਦ ਨਾਮ ਦੀ ਕਮਾਈ ਕਰਨੀ ਪਏਗੀ, ਕਿਸੇ ਗੁਰੂ ਪੀਰ ਦੇ ਕੋਲ ਫੇਰ ਵੀ ਜਾਣਾ ਹੀ ਪਏਗਾ, ਇਸ ਤੋਂ ਬਗੈਰ ਗੁਰੂ ਸਾਹਿਬ ਕਹਿੰਦੇ ਆ ਤੇਰਾ ਛੁਟਕਾਰਾ ਹੀ ਨਹੀਂ ਗਾ। ਆਪ ਪਿਆਰ ਨਾਲ ਕਹਿੰਦੇ ਗੁਰੂ ਮੰਤਰਹੀਣ ਜੋ ਪ੍ਰਾਣੀ, ਤਿਰਗੰਤ ਜਨਮ ਭਰਿਸ਼ਟਣ ਹੈ, ਕੂਕਰਾ ਸੂਕਰਾ ਗਰਦਵ ਹੈ ਕਾਕ ਹੈ ਖਲ ਤੁਲਾ ਹੈ, ਉਹ ਆਪ ਕਹਿੰਦੇ ਕੈਸਾ ਹੈ, ਗਧੇ ਵਰਗਾ, ਸੂਰ ਵਰਗਾ, ਕੁੱਤੇ ਵਰਗਾ, ਸੱਪ ਵਰਗਾ ਹੈ, ਇਦੋਂ ਵੱਧ ਸਾਨੂੰ ਗੁਰੂ ਸਾਹਿਬ ਕੀ ਕਹਿ ਦੇਣੇ। ਸੋ ਆਪ ਪਿਆਰ ਨਾਲ ਕਹਿੰਦੇ ਹੈ ਕਿ ਕੀ ਕਰ, ਕਿਸੇ ਮਹਾਤਮਾ ਦੀ ਸ਼ਰਨ ਦੇ ਵਿੱਚ ਜਾ ਕੇ ਸ਼ਬਦ ਨਾਮ ਦੀ ਕਮਾਈ ਕਰ, ਤਾਂ ਹੀ ਤੂੰ ਉਸ ਮਾਲਕ ਦੇ ਦਰ ਪ੍ਰਵਾਨ ਹੋਏਗਾ ਜੀ। ਸਤ ਗੁਰ ਸ਼ਰਨ ਪਕੜ ਲੇ ਅਬ ਕੀ, ਤੋ ਸਭ ਕਾਜ ਸਰੇ, ਹਿਤ
प्रीत का बचन दया कर बोले, तूने कान सुने। महात्मा दे दिल अंदर हर एक वास्ते जगह है। कौन किसे दे दुख नू देख के पिघलदा है, जो शब्द नाम दी कमाई करदा है, ओदा दिल मोम वर्गा हुंदा है। ओ रहम करके ही साडे सेवा विच लग जांदा है। तो आप प्यार ना कहंदे है, हित का वचन दया कर बोले तू ने कान, लेकिन असि फिर भी उना दी गल नू सुनन वास्ते तैयार नहीं। कोई भाग वाला जीव है जिहड़ी उना दी गल नू मन लवेगा जी। हित का बचन दया कर बोले, तूने कान सुने। अंधा बहरा फिरे जगत में, कुल कुटुंब तेरी हान करे। महात्मा सानू अन्ने भी कहंदे है, बोले भी कहंदे है। हुण सवाल पैदा हुंदा है, असीं कहांगे इस तां दुनिया नू देखदे हैं नहीं। महात्मा भी जो कुछ कहंदे है ओह उहनां दा जाति तजर्बा है, क्योंकि जिहड़ियां बाहर सानू चमड़े दीआं अखां मिलियां हन इह बजाते खुद रोशन नहीं। जां इह चंद्रमा दे आसरे वेंदियां, या सूरज दे, या किसे बिजली वगैरा दे आसरे देखदियां हन। जिथे ए पंज चीजा नहीं गिया उस जगह ए अखां कम नहीं दिंदियां। दिने भी तुसी कई बारी ऐसियां अंधेरियां आ जांदियां हन कालियां कि जद रात पै जांदी है दिसदा नहींगा। कई घरां दे अंदर भी ऐसी अंदर है जिथे बगैर दीवा जगलाया कुछ दिसदा नहींगा। अखां तो उदो भी उही हुंदियां हन। सो गुरु नानक कहिंदे आ, नानक से अखी बियान जिन्हां दिसिंदो मापरी, ओ अखां होर हन। क्यों? परमात्मा ने साडे अंदर वह जोत, वह प्रकाश रख्या होया है। वह अपनी आवाज शब्द दी, जिसनू गुरु साहब ने गुरु बाणी अकथ कथा हरी कथा हरी कीर्तन कह के याद किया है। वह कीर्तन नू कौन लैंदा है? गुरु साहब कहो नानक तिस भयो प्रापत, जिस पूर्व लिखे का लैणा, जिसके पूर्व मस्तक विच वह परमात्मा लिख दिंदा है। सो इस वास्ते आप प्यार ना कहंदा है, अंधा बहरा फिरे जगत में कुल, क्यों अंधा कहंदे है? ओदी आवाज साडे अंदर है, असी उस नू सुन नहीं रहे। ओ प्रकाश साडे अंदर है, असी उस नू देख नहीं रहे। गुरु अंगद देव जी महाराज कहंदे है, माया धारी अतन्ना बोला, शब्द ना सुने बहु रोल को झोला। असी माया दे नशे विच अन्ने भी है, बोले भी है जी। अंधा बहरा फिरे जगत में, कुल कुटुंब तेरी हान करे। कर सत्संग मान यह कहना, कान आंख फिर दो खुले। स्वामी जी महाराज कहंदे है कि तू साडा कहना मन के सच्चे दिलों महात्मा कमाई वाले दी संगत दे अंदर जाओ। मैं दसदा हुन्ना है, अग्नि अंदर सेक है, बेशक तुसी उस नू ना मन्नो वे दे विच सेक है। तुसी उहदे नजदीक बैठ के देखो, वो अपना गुण आप ही दस देवेगी। बेशक तुसी पानी नू कहो किहदे विच शीतलता नहीं, सर्दी नहीं, ठंड नहीं, लेकिन उस ते तुसी नजदीक होके बैठ के देखो, वो अपना गुण जिहड़ा है खुद ही जाहर करेगा। बेशक तुसी ए ना समझो कि महात्मा नहीं गा, पर होवे कमाई वाला। तुसी ओहदी संगत सोबत विच रह के देखो, थोड़े ते भी नाम दा रंग चढ़ेगा, उसे वसल थोड़े ते भी अंदर भी पैदा हो जाएंगे। तो इस वास्ते संत महात्मा सानू प्यार ना कहंदे है, तुसी ओ शब्द दी आवाज नू भी सुन लग जाओगे, ओ प्रकाश नू भी देखन लग जाओगे कि जेड़ा थानू जीवन दे रहा है, जिसनू गुरु नानक ने कहा अंतर जोत निरंतर बाणी।
ਉਹ ਰਾਮ ਨਾਮ ਦੀ ਜੋਤ ਤੁਹਾਡੇ ਸਭ ਦੇ ਅੰਦਰ ਜਗਦੀ ਹੈ, ਉਹਦੇ ਅੰਦਰ ਉਹਨੂੰ ਬਾਣੀ ਕਹਿੰਦੇ ਹੈ, ਮੁਸਲਮਾਨ ਉਸਨੂੰ ਕਲਮਾ ਕਹਿੰਦੇ ਹੈ, ਬਾਂਗੇ ਅਸਮਾਨੀ ਕਹਿੰਦੇ ਹੈ, ਹਿੰਦੂ ਮਹਾਤਮਾ ਉਸਨੂੰ ਆਕਾਸ਼ ਬਾਣੀ, ਰਾਮ ਨਾਮ, ਰਾਮ ਧੁਨ ਜਾਂ ਦਿਵ ਧੁਨੀ ਜਾਂ ਅੰਦਰਲਾ ਰਾਗ ਵੀ ਕਹਿ ਦਿੰਦੇ ਹੈ ਜੀ। ਕਾਰੇ ਸਤ ਸੰਗ ਮਾਨ ਇਹ ਕਹਿਣਾ, ਕਾਨ ਆਖ ਫਿਰ ਦੋ ਖੁਲੇ, ਦੇਖੇ ਕਟ ਮੇ ਜੋਤ ਉਜਾਲਾ, ਸੁਨੇ ਗਗਨ ਮੇ ਅਜਬ ਤੁਨੇ। ਜਦੋਂ ਸੰਤ ਨਾਮ ਦਿੰਦੇ ਹੈ ਉਦੋਂ ਅੱਛੀ ਤਰ੍ਹਾਂ ਸੇਵਕ ਨੂੰ ਸਮਝਾ ਦਿੰਦੇ ਹੈ ਕਿਸ ਤਰ੍ਹਾਂ ਉਸ ਪ੍ਰਕਾਸ਼ ਨੂੰ ਦੇਖਣਾ ਹੈ, ਕਿਸ ਤਰ੍ਹਾਂ ਉਸ ਜਿਹੜੀਆਂ ਪਰਮਾਤਮਾ ਨੇ ਤੁਹਾਡੇ ਅੰਦਰ ਉਹ ਧੁਨ ਪੈਦਾ ਕੀਤੀ ਹੈ ਉਸ ਨੂੰ ਕਿਸ ਤਰ੍ਹਾਂ ਸੁਣਨਾ ਹੈ। ਮਹਾਤਮਾ ਅੰਧ ਵਿਸ਼ਵਾਸ ਨਹੀਂ ਦਿੰਦੇ, ਉਹ ਨਾਮਦਾਨ ਦੇ ਵਕਤ ਅੱਛੀ ਤਰ੍ਹਾਂ ਦੱਸ ਦਿੰਦੇ ਹੈ ਕਿਸ ਤਰ੍ਹਾਂ ਤੁਹਾਨੂੰ ਇਹਨਾਂ ਮੰਜ਼ਿਲਾਂ ਵਿੱਚ ਪ੍ਰਕਾਸ਼ ਆਉਣਗੇ, ਕਿਸ ਤਰ੍ਹਾਂ ਉਹ ਧੁਨਾਂ ਸੁਣਾਈ ਦੇਣਗੀਆਂ। ਸੋ ਉਸ ਵੇਲੇ ਕੋਈ ਸ਼ੱਕ ਨੂੰ ਗੁੰਜਾਇਸ਼ ਨਹੀਂ ਹੁੰਦੀ ਗੀ ਜੀ। ਦੇਖੇ ਕਟ ਮੇ ਜੋਤ ਉਜਾਲਾ, ਸੁਨੇ ਗਗਨ ਮੇ ਅਜਬ ਤੁਨੇ, ਸੁਨ ਜਾਏ ਤਿਰ ਬੇਨੀ ਨਾਵੀ, ਹੀਰੇ ਮੋਤੀ ਲਾਲ ਚੁਨੇ, ਮਹਾਸੁਨ ਮੇਂ ਸੁਰਤ ਚੜਾਵੀ, ਤਬ ਸਤ ਗੁਰ ਤੇਰੇ ਸੰਗ ਚਲੇ। ਹੁਣ ਸਵਾਮੀ ਜੀ ਮਹਾਰਾਜ ਅੰਦਰਲੇ ਮੰਡਲਾਂ ਨਾਲ ਦੱਸਦੇ ਹੈ ਕਿ ਕਿਸ ਤਰ੍ਹਾਂ ਤੂੰ ਅਸੂਲ ਦੁਨੀਆ ਛੱਡੇਗਾ, ਅਭਿਆਸ ਦੇ ਜ਼ਰੀਏ ਸੂਖਸ਼ਮ ਜਾਏਗਾ, ਸੂਖਸ਼ਮ ਤੋਂ ਕਾਰਨ ਵਿੱਚ ਜਾਏਗਾ, ਕਿਸ ਤਰ੍ਹਾਂ ਉਸ ਪਾਵਰਮ ਵਿੱਚ ਜਾਏਗਾ, ਗੁਰੂ ਤੇਰੇ ਹਰ ਮੰਜ਼ਿਲ ਤੇ ਨਾਲ ਹੋਏਗਾ। ਉਹ ਇਹ ਨਹੀਂ ਮਹਾਤਮਾ ਕਹਿੰਦੇ ਕਿ ਤੁਸੀਂ ਅੰਦਰ ਜਾਓ। ਜਦੋਂ ਅਸੀਂ ਅਸੂਲ ਸਰੀਰ ਤੋਂ ਪਰਦਾ ਲਾ ਲੈਂਦੇ ਹਾਂ, ਸੂਖਸ਼ਮ ਜਾਂਦੇ ਹਾਂ, ਗੁਰੂ ਸੂਖਸ਼ਮ ਰੂਪ ਧਾਰਨ ਕਰਦਾ ਹੈ, ਔਰ ਜਦ ਅਸੀਂ ਕਾਰਨ ਵਿੱਚ ਜਾਂਦੇ ਉਹ ਕਾਰਨ ਰੂਪ ਧਾਰਦਾ ਹੈ। ਜਦੋਂ ਅਸੀਂ ਤਿੰਨੇ ਪਰਦੇ ਲਾ ਕੇ ਪਾਰਬ੍ਰਹਮ ਵਿੱਚ ਪਹੁੰਚਦੇ ਹਾਂ ਤੇ ਗੁਰੂ ਪਿਓਰ ਸ਼ਬਦ ਰੂਪ ਧਾਰਦਾ ਹੈ। ਜਿਵੇਂ ਜਿਵੇਂ ਅਸੀਂ ਉੱਪਰ ਜਾਂਦੇ ਹਾਂ ਉਸੇ ਉਸੇ ਤਰ੍ਹਾਂ ਉਹ ਸਾਡੀ ਅਗਵਾਈ ਕਰਦਾ ਹੈ। ਮਹਾਤਮਾ ਇਹ ਨਹੀਂ ਕਹਿੰਦੇ ਕਿ ਤੁਸੀਂ ਅੰਦਰ ਇਕੱਲੇ ਜਾਓ, ਨਾ ਇਕੱਲਾ ਕੋਈ ਜਾ ਹੀ ਸਕਦਾ ਹੈ। ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਹੈ ਕਿ ਭੁੱਲੇ ਸਿੱਖ ਗੁਰੂ ਸਮਝਾਏ, ਔਜੜ ਜਾਂਦੇ ਮਾਰਗ ਪਾਏ। ਜਿਸ ਰਸਤੇ ਦਾ ਸਾਨੂੰ ਇੱਥੇ ਬਾਹਰ ਨਹੀਂ ਪਤਾ ਅਸੀਂ ਉੱਥੇ ਭੁੱਲੇ ਫਿਰਦੇ ਹਾਂ, ਭਾਵੇਂ ਉਹਨਾਂ ਗਲੀਆਂ ਵਿੱਚ ਦੀ ਰੋਜ਼ ਬਾਜ਼ਾਰਾਂ ਵਿੱਚ ਦੀ ਲੰਘੀਏ। ਜਿਸ ਰਸਤੇ ਅਸੀਂ ਅੰਦਰ ਤਾਂ ਗਏ ਨਹੀਂ, ਅੰਦਰ ਅਸੀਂ ਕਿਸ ਤਰ੍ਹਾਂ ਇਕੱਲੇ ਜਾ ਸਕਦੇ ਹਾਂ? ਸੋ ਇਸ ਵਾਸਤੇ ਆਪ ਕਹਿੰਦੇ ਤਬ ਸਤਿਗੁਰ ਤੇਰੇ ਸੰਗ ਚੱਲੇ ਜੀ। ਮਹਾਸੁਨ ਮੇਂ ਸੁਰਤ ਚੜਾਵੀ, ਤਬ ਸਤਿਗੁਰ ਤੇਰੇ ਸੰਗ ਚੱਲੇ, ਪੰਵਰ ਗੁਫਾ ਕੀ ਬੰਸੀ ਬਾਜੀ, ਮਹਾਕਾਲ ਵੀ ਸੀਸ ਤੁਨੇ। ਪਹਿਲਾਂ ਤਾਂ ਸਾਡਾ ਮਨ ਨੇ ਸਾਨੂੰ ਅੰਦਰ ਵੜਨ ਦਿੰਦਾ, ਇਹੀ ਬਾਹਰ ਬਾਹਰ ਸਾਨੂੰ ਲਈ ਫਿਰਦਾ ਹੈ। ਅਗਰ ਅਸੀਂ ਇਸ ਤੋਂ ਛੁਟਕਾਰਾ ਪਾਉਂਦੇ ਹਾਂ ਤਾਂ ਅੰਦਰ ਕਾਲ ਹੈ ਇਸਲੇ ਮੰਡਲਾਂ ਦੇ ਵਿੱਚ, ਅੱਗੇ ਜਾਂਦੇ ਹੋ ਮਹਾਕਾਲ ਹੈ। ਜਦੋਂ ਆਤਮਾ ਤਿੰਨੇ ਗਲਾਫ ਅਸਥੂਲ ਸੂਖਸ਼ਮ ਲਾ ਕੇ ਪਾਰਬ੍ਰਹਮ ਤੋਂ ਉੱਪਰ ਜਾਂਦੀ ਹੈ ਉੱਪਰਲੇ ਮੰਡਲ ਚ, ਉੱਪਰੋਂ ਸ਼ਬਦ ਦੀ ਆਵਾਜ਼ ਬੰਸਰੀ ਵਰਗੀ ਜਦੋਂ ਆਉਂਦੀ ਆਤਮਾ ਨੂੰ ਖਿੱਚਦੀ ਹੈ, ਉਦੋਂ ਮਹਾਕਾਲ ਜਿਹੜਾ ਹੈ ਉਹ ਵੀ ਸਿਰ ਫੇਰ ਦਿੰਦਾ ਹੈ ਕਿ ਇਹ ਹੁਣ ਆਤਮਾ ਮੇਰੇ ਦਾਇਰੇ ਵਿੱਚ ਨਹੀਂ ਰਹੀ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ ਇੱਕ ਇੱਕ ਆਤਮਾ ਵਾਸਤੇ ਕਾਲ ਪੂਰੀ ਤਰ੍ਹਾਂ ਝਗੜਦਾ ਹੈ, ਔਰ ਇਸੇ ਨੂੰ ਗੁਰੂ ਨਾਨਕ ਨੇ ਕਿਹਾ ਕਿ ਹਰ ਦਰਗਾਹ ਦਾ ਵਸੀਠ, ਵਸੀਠ ਕਹਿੰਦੇ ਵਕੀਲ ਨੂੰ, ਸੰਤ ਸਤਿਗੁਰੂ ਉਹ ਦਰਗਾਹ ਦੇ ਵਿੱਚ ਸਾਡੇ ਵਕੀਲ ਹੁੰਦੇ ਆ, ਵਿਚੋਲੇ ਹੁੰਦੇ ਹੈ। ਸਾਨੂੰ ਪਤਾ ਹੈ ਜਿਸ ਨੇ ਕੋਈ ਮੁਕੱਦਮਾ ਜਿੱਤਣਾ ਹੈ
ਉਹ ਅੱਛੇ ਤੋਂ ਅੱਛਾ ਵਕੀਲ ਕਰਦਾ ਹੈ। ਤਾਂ ਸਾਡੀ ਵਕਾਲਤ ਉਹ ਸੰਤ ਜਿਹੜੇ ਕਿ ਉਸ ਮੁਲਕ ਦੀ ਭਾਸ਼ਾ ਜਾਣਦੇ ਹੈ, ਜਿਹੜੇ ਉੱਥੇ ਰੋਜ਼ ਜਾਂਦੇ ਹੈ, ਜਿਨ੍ਹਾਂ ਦਾ ਸੰਪਰਕ ਹੈ ਉਹਦੇ ਨਾਲ ਮਾਲਕ ਦੇ, ਉਹ ਵੀ ਸਾਡੀ ਵਕਾਲਤ ਕਰ ਸਕਦੇ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਾਲ ਜਿਹੜਾ ਹੈ ਉਹ ਵੀ ਸਿਰ ਹਿਲਾ ਦਿੰਦਾ ਹੈ ਕਿ ਆਤਮਾ ਹੁਣ ਉੱਪਰਲੇ ਮੰਡਲਾਂ ਚੱਲੀ ਗਈ ਹੈ, ਮੇਰੇ ਦਾਇਰੇ ਵਿੱਚ ਨਹੀਂ ਰਹੀ। ਜੀ ਪਾਵਰ ਗੁਫਾ ਕੀ ਬੰਸੀ ਬਾਜੀ ਮਹਾਕਾਲ ਬੀ ਸੀਸ ਤੁਨੇ ਅਬ ਚੜ ਗਈ ਪੁਰਸ਼ ਦਰਬਾਰਾ ਵਾਂ ਜਾਏ ਤੁਨ ਬੀਨ ਗੁਨੇ ਲੇ ਦੁਰਬੀਨ ਚਲੀ ਆਗੇ ਕੋ ਅਲਖ ਗਮ ਕਾ ਪੇਦ ਯਹਾਂ ਸੇ ਆਗੇ ਚਲੀ ਉਮੰਗ ਸੇ ਤਬ ਰਾਧਾ ਸਵਾਮੀ ਚਰਨ ਮਿਲੇ ਨੀਲਾ ਆਧਾਰ ਪਾਰ ਕਰ ਪਾਇਆ ਲੀਲਾ ਵਾਂ ਕੀ ਕਹਿਣਾ ਬਣੇ। ਸਵਾਮੀ ਜੀ ਮਹਾਰਾਜ ਨੇ ਅੱਛੀ ਤਰ੍ਹਾਂ ਦੱਸ ਦਿੱਤਾ ਕਿ ਕਿਸ ਤਰ੍ਹਾਂ ਅੱਗੇ ਅਲੱਖ ਅਗੰਮ ਜਿੱਥੇ ਜਿਹਨੂੰ ਕੋਈ ਲੱਖ ਨਹੀਂ ਸਕਦਾ ਗਾ ਬਗੈਰ ਸੰਤਾਂ ਤੋਂ, ਅਗੰਮ ਜਿਹਦੀ ਕੋਈ ਗਮਤਾ ਨਹੀਂ ਪਾ ਸਕਦਾ ਗਾ। ਸੋ ਇਸ ਵਾਸਤੇ ਆਪ ਕਹਿੰਦੇ ਹੈ ਉੱਥੇ ਸ਼ਬਦ ਦੀ ਆਵਾਜ਼ ਬੜੀ ਮਿੱਠੀ ਹੈ, ਸੁਰੀਲੀ ਹੈ, ਜਿਹੜੀਆਂ ਪਹੁੰਚੀਆਂ ਆਤਮਾ ਹੈ ਉਸ ਵਿੱਚ ਹੀ ਮਗਨ ਹੋ ਕੇ ਸੁਣ ਰਹੀਆਂ ਹਨ, ਉਹੀ ਉਹਨਾਂ ਦਾ ਆਧਾਰ ਹੈ। ਸੋ ਸਵਾਮੀ ਜੀ ਮਹਾਰਾਜ ਪਿਆਰ ਨਾਲ ਕਹਿੰਦੇ ਹੈ ਕਿ ਸ਼ੁਰੂ ਵਿੱਚ ਜਿੱਥੋਂ ਅਨਾਮੀ ਦੇਹ ਚ ਸਾਡੀ ਆਤਮਾ ਆਈ ਸੀ ਉੱਥੇ ਹੀ ਉਹ ਸੰਤ ਸਤਿਗੁਰੂ ਪਹੁੰਚਾ ਦਿੰਦੇ ਹੈ। ਤਾਂ ਆਪ ਕਹਿੰਦੇ ਉੱਥੋਂ ਦੀ ਮਹਿਮਾ ਜਿਵੇਂ ਕੋਈ ਮਿਸ਼ਰੀ ਖਾਵੇ ਗੂੰਗਾ ਉਹਦਾ ਰਸ ਜਾਂ ਸਵਾਦ ਦੱਸ ਨਹੀਂ ਸਕਦਾ ਗਾ, ਵੱਧ ਤੋਂ ਵੱਧ ਉਹ ਕੱਛੇ ਵਜਾ ਸਕਦਾ ਹੈ। ਕਬੀਰ ਸਿੰਘ ਨੇ ਕਿਹਾ ਸੀਗਾ ਗਈ ਪੁਤਲੀ ਲੂਣ ਕੀ ਥਾ ਸਿੰਧ ਦੀ ਲੈਣ ਅਰਨਾਥ ਆਪ ਪਾਣੀ ਪਈ ਉਲਟ ਕਹੇ ਕੋ ਬਹਿਣ। ਜਿਸ ਤਰ੍ਹਾਂ ਨਿਮਕ ਦੀ ਪੁਤਲੀ ਸਮੁੰਦਰ ਵਿੱਚ ਥਾ ਲੈਣ ਵਾਸਤੇ ਜਾਂਦੀ ਹੈ ਕਿ ਮੈਂ ਬਤਾਉਣੀ ਹੈ ਤੁਹਾਨੂੰ ਕਿ ਕਿਤਨਾ ਗਹਿਰਾ ਹੈ, ਲੇਕਿਨ ਉਹ ਖੁਦ ਪਾਣੀ ਦੇ ਵਿੱਚ ਪਾਣੀ ਬਣ ਗਈ ਹੈ, ਕੌਣ ਆ ਕੇ ਦੱਸੇ। ਸੋ ਉੱਥੋਂ ਦੀ ਮਹਿਮਾ ਜਿਹੜੀ ਹੈ ਕੌਣ ਬਿਆਨ ਕਰੇ, ਕਿਹੜੀ ਇੱਥੇ ਦੁਨੀਆਂ ਦੇ ਵਿੱਚ ਚੀਜ਼ ਹੈ ਕਿ ਜਿਹੜੀ ਅਸੀਂ ਜਿਹਦੀ ਤਸ਼ਬੀਹ ਦੇ ਸਕੀਏ। ਸੋ ਮਹਾਰਾਜ ਸਾਵਣ ਸਿੰਘ ਆਪਣੇ ਸਤਸੰਗ ਚ ਦੱਸਦੇ ਹੁੰਦੇ ਸੀ, ਉਹ ਇੱਕ ਦਫਾ ਆਗਰੇ ਗਏ, ਕੁਛ ਸੰਗਤ ਉਹਨਾਂ ਦੇ ਨਾਲ ਸੀ। ਇੱਕ ਬੀਬੀ ਨੂੰ ਉਹਨਾਂ ਨੇ ਪੁੱਛਿਆ ਕਿ ਅੰਦਰ, ਕਿਉਂਕਿ ਉੱਥੋਂ ਦਾ ਤਾਜ ਮਹਿਲ ਜਿਹੜੇ ਲੋਕ ਆਗਰੇ ਜਾਂਦੇ ਹੈ ਉਸ ਇਤਿਹਾਸਕ ਇਮਾਰਤ ਨੂੰ ਜ਼ਰੂਰ ਦੇਖਦੇ ਹੈ। ਸੋ ਉਹ ਕਹਿੰਦੇ ਕਿ ਭਾਈ ਤੈਂ ਕਦੇ ਅੱਗੇ ਵੀ ਅੰਦਰ ਵੀ ਪਹਿਲਾਂ ਕਦੇ ਇਹ ਇਮਾਰਤ ਦੇਖੀ ਹੈ ਅੰਦਰ? ਉਹ ਹੱਸ ਕੇ ਕਹਿੰਦੀ ਕਿ ਇਹ ਤਾਂ ਉਹਦੇ ਮੁਕਾਬਲੇ ਤੇ ਮੇਤਰਾਂ ਦੀ ਟੱਟੀ ਜੈਸੀ ਵੀ ਨਹੀਂ। ਸੋ ਪਿਆਰਿਓ ਜਿਹੜਾ ਅੰਦਰ ਜਾ ਕੇ ਦੇਖ ਲੈਂਦਾ ਹੈ ਉਹ ਕੀ ਇਸ ਦਾ, ਜਦ ਮਿੱਟੀ ਦਾ ਮਿੱਟੀ ਦੇ ਵਿੱਚ ਅਸੀਂ ਨਮੂਨਾ ਨਹੀਂ ਦੇ ਸਕਦੇ ਗੇ, ਉਹ ਸੱਚਖੰਡ ਦੇ ਸੰਤ ਕੀ ਮਹਿਮਾ ਦੇਣ, ਕੀ ਆ ਕੇ ਬਿਆਨ ਕਰਨ। ਫਿਰ ਵੀ ਇਸ਼ਾਰੇ ਮੁਤਾਬਕ ਸੰਤ ਦੱਸਦੇ ਹੈ ਕਿ ਉਹ ਇੱਕ ਐਸਾ ਦੇਸ਼ ਹੈ, ਮਹਿਰਮ ਹੋਏ ਸੋ ਜਾਣੇ ਸਾਧੋ, ਐਸਾ ਦੇਸ਼ ਹਮਾਰਾ ਜਿਹੜਾ ਉੱਥੇ ਪਹੁੰਚਦਾ ਹੈ ਜਾਣਦਾ ਹੈ। ਇਸੇ ਵਾਸਤੇ ਸੰਤ ਕਹਿੰਦੇ ਹੈ ਕਿ ਤੁਸੀਂ ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਕਬੀਰ ਸਾਹਿਬ ਦੀ, ਗੁਰੂ ਨਾਨਕ ਦੇਵ ਜੀ ਦੀ, ਸਵਾਮੀ ਜੀ ਮਹਾਰਾਜ ਦੀ, ਮਹਾਰਾਜ ਰਵਿਦਾਸ ਜੀ ਦੀ, ਪੀਪਾ ਜੀ ਦੀ, ਕਿਸੇ ਦੀ ਵੀ ਤੁਸੀਂ ਬਾਣੀ ਪੜ੍ਹ ਕੇ ਦੇਖ ਲਓ, ਸਾਰਿਆਂ ਸੰਤਾਂ ਨੇ ਆਪੋ ਆਪਣੀ ਭਾਸ਼ਾ ਦੇ ਅੰਦਰ, ਆਪੋ ਆਪਣੀ ਬੋਲੀ ਦੇ ਅੰਦਰ ਉਹਨਾਂ ਟਿਕਾਣਿਆਂ ਦਾ ਜ਼ਿਕਰ ਕੀਤਾ ਹੈ। ਬੇਸ਼ੱਕ ਕੋਈ ਮਹਾਤਮਾ ਕਿਸੇ ਤੋਂ 500 ਸਾਲ ਪਹਿਲਾਂ ਹੋਇਆ ਹੋਵੇ, ਕੋਈ 2000 ਸਾਲ ਪਹਿਲਾਂ ਹੋਇਆ ਹੋਵੇ, ਇਹਦੇ ਵਿੱਚ ਇਹ ਨਹੀਂ, ਕਿਉਂਕਿ ਹਰ ਮਹਾਤਮਾ ਜਿਹੜਾ ਉੱਥੇ ਪਹੁੰਚਦਾ ਹੈ ਉਹੀ ਉਸਦੀ ਸ਼ਹਿਦੀ ਭਰਦਾ ਹੈ। ਗੁਰੂ ਨਾਨਕ ਨੇ ਵੀ ਕਿਹਾ ਸੀ ਅਗੰਮ ਅਲੱਖ ਦੇ ਉੱਪਰ ਧਾਵੈ ਸਤ ਲੋਕ ਕੀ ਤਬਗਤ ਪਾਵੈ ਤਾਂ ਕਿ ਉੱਪਰ ਸੰਤਨ ਧਾਮ ਨਾਨਕ ਦਾਸ ਕੀਆ ਵਿਸਰਾਮ।
ਜਿਹੜਾ ਅਲੱਖ ਔਰ ਅਗੰਮ ਲੋਕ ਚ ਨਹੀਂ ਗਿਆ ਉਹ ਸੱਤ ਲੋਕ ਦਾ ਕੀ ਬਿਆਨ ਕਰ ਸਕਦਾ ਹੈ? ਜਿਹੜਾ ਸੱਤ ਲੋਕ ਚ ਨਹੀਂ ਗਿਆ ਉਹਨੂੰ ਸੰਤਾਂ ਦੇ ਧਾਮ ਦਾ ਕੀ ਗਿਆਨ ਹੈ ਕਿ ਸੰਤ ਕਿਸ ਜਗ੍ਹਾ ਤੋਂ ਆਉਂਦੇ ਹੈ? ਤੋ ਜਿਹੜੇ ਪਹੁੰਚਦੇ ਹੈ ਉਹ ਸਾਨੂੰ ਇਸ਼ਾਰੇ ਦੇ ਮੁਤਾਬਕ ਦੱਸਦੇ ਹੈ ਕਿ ਅਗਰ ਤੁਸੀਂ ਅੰਦਰ ਜਾਓਗੇ ਉਹ ਸ਼ਾਂਤੀ ਦਾ ਦੇਸ਼ ਹੈ, ਉੱਥੇ ਸ਼ਾਂਤੀ ਮਿਲ ਜਾਏਗੀ। ਸੋ ਬਾਹਰ ਨਾ ਕਿਸੇ ਦੁਨੀਆਂ ਦੇ ਪਦਾਰਥ ਵਿੱਚ ਸ਼ਾਂਤੀ ਹੈ ਨਾ ਹੈ ਹੀ ਸਕਦੀ ਹੈ। ਸੋ ਸਵਾਮੀ ਜੀ ਮਹਾਰਾਜ ਨੇ ਛੋਟੇ ਜਿਹੇ ਸ਼ਬਦ ਦੇ ਵਿੱਚ ਪਿਆਰ ਨਾਲ ਦੱਸਿਆ ਕਿ ਇਹ ਸ਼ਾਂਤੀ ਦੀ ਤਲਾਸ਼ ਕਰਨੀ ਹੈ, ਪ੍ਰਾਪਤ ਕਰਨੀ ਹੈ ਤੇ ਤੁਹਾਡੇ ਸਰੀਰ ਅੰਦਰ ਹੈ। ਆਪ ਕਹਿੰਦੇ ਜੇ ਅਸੀਂ ਭਜਨ ਸਿਮਰਨ ਨਹੀਂ ਕਰਦੇ ਅਸੀਂ ਕਾਮ ਦੇ ਕ੍ਰੋਧ ਦੇ ਸ਼ਿਕਾਰ ਹੋ ਜਾਂਦੇ ਹੈ, ਭਰਮ ਵਿੱਚ ਪੈ ਜਾਂਦੇ ਹੈ। ਫਿਰ ਆਪ ਪਿਆਰ ਨਾਲ ਕਹਿੰਦੇ ਹੈ ਕਿ ਸਤਸੰਗ ਦਾ ਕੀ ਫਾਇਦਾ ਹੈ, ਕਿਸ ਮਹਾਤਮਾ ਦੀ ਸਤਸੰਗ ਜਿਹੜੀ ਹੈ ਉਹ ਫਾਇਦੇਮੰਦ ਹੈ। ਜਿਹੜਾ ਅੰਦਰ ਜਾ ਕੇ ਉਹ ਪਰਮਾਤਮਾ ਨਾਲ ਮਿਲ ਜਾਂਦਾ ਹੈ, ਪਰਮਾਤਮਾ ਰੂਪ ਹੋ ਜਾਂਦਾ ਹੈ। ਸੋ ਇਸ ਵਾਸਤੇ ਆਪ ਨੇ ਪਿਆਰ ਨਾਲ ਕਿਹਾ ਉਹਦੀ ਸੰਗਤ ਕਰਨ ਨਾਲ ਕੀ ਹੈ ਕਿ ਜਿਹੜੇ ਸਾਡੇ ਪਹਿਲਾਂ ਕੰਨ ਬੰਦ ਸਨ, ਸਾਡਾ ਪ੍ਰਕਾਸ਼ ਬੰਦ ਸੀ, ਸਾਡੇ ਅੰਦਰਲੇ ਕੰਨ ਖੁੱਲ ਜਾਂਦੇ ਹੈ, ਸਾਡੀ ਅੰਦਰਲੀ ਅੱਖ ਖੁੱਲ ਜਾਂਦੀ ਹੈ ਜੋ ਉਸ ਪ੍ਰਕਾਸ਼ ਨੂੰ ਦੇਖਦੀ ਹੈ। ਸੋ ਅਸੀਂ ਅੰਦਰ ਜਾ ਕੇ ਕਿਸ ਤਰ੍ਹਾਂ ਉਸ ਪ੍ਰਕਾਸ਼ ਨੂੰ ਦੇਖ ਕੇ ਸ਼ਾਂਤੀ ਪ੍ਰਾਪਤ ਕਰਦੇ ਹਾਂ, ਕਿਉਂਕਿ ਉਹ ਪ੍ਰਕਾਸ਼ ਵਿੱਚ ਸ਼ਾਂਤੀ ਹੈ, ਉਸੇ ਪ੍ਰਕਾਸ਼ ਵਿੱਚ ਤ੍ਰਿਪਤੀ ਹੈ। ਸੋ ਸਾਨੂੰ ਵੀ ਚਾਹੀਦਾ ਸਵਾਮੀ ਜੀ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਪਵਿੱਤਰ ਬਣਾਈਏ। ਜੋ ਵਕਤ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਆਪਦੀ ਭਗਤੀ ਦਾ, ਇਹਨੂੰ ਅਸੀਂ ਅੱਛੀ ਤਰ੍ਹਾਂ ਇਸਤੇਮਾਲ ਕਰੀਏ, ਵੱਧ ਤੋਂ ਵੱਧ ਭਗਤੀ ਕਰੀਏ। ਸਾਡੇ ਗੁਰੂਆਂ ਨੇ ਵੀ ਸਾਡੇ ਉੱਤੇ ਬੜੀ ਮਿਹਰ ਕੀਤੀ, ਆਪਦੇ ਘਰ ਦਾ ਸਾਨੂੰ ਉਹਨਾਂ ਨੇ ਨਿਮੰਤਰਣ ਦਿੱਤਾ, ਉਹਨਾਂ ਦੀ ਦਇਆ ਨਾਲ ਹੀ ਆਪਾਂ ਸਾਰੇ ਉਹਨਾਂ ਦੇ ਗੁਣ ਗਾਉਂਦੇ ਹਾਂ, ਉਹਨਾਂ ਦੇ ਅਭਿਆਸ ਵਿੱਚ ਬੈਠਦੇ ਹਾਂ। ਸੋ ਸਾਨੂੰ ਵੀ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਮਾਲਕ ਦੇ ਪਿਆਰੇ ਆਪਣਾ ਅੱਛਾ ਦੇਸ਼ ਛੱਡ ਕੇ ਕਿਸ ਤਰ੍ਹਾਂ ਉਹਨਾਂ ਨੇ ਟੱਟੀ ਪਿਸ਼ਾਬ ਦਾ ਖੋਲ ਆ ਕੇ ਧਾਰਨ ਕਰਦੇ ਹੈ, ਉਹਨਾਂ ਦੇ ਅਸੀਂ ਤਜਰਬੇ ਤੋਂ ਫਾਇਦਾ ਉਠਾਈਏ ਔਰ ਆਪਣੇ ਜੀਵਨ ਨੂੰ ਪਵਿੱਤਰ ਕਰੀਏ। ਵਹਾਂ ਸੇ ਆਗੇ ਚਲੀ ਉਮੰਗ ਸੇ ਤਬ ਰਾਧਾ ਸਵਾਮੀ ਚਰਨ ਮਿਲੇ ਮਿਲਾ ਆਧਾਰ ਪਾਰ ਕਰ ਪਾਇਆ ਲੀਲਾ ਵਹਾਂ ਕੀ ਕਹਿਣਾ ਬਣੇ।